लाडो नी लाडो। हां जी भाभी। लिया झाड़ू मैं ला दिनी तो रोटी रुटी खा ला, सवेर दी लगी हुई है काम नु। कोई ना भाभी, झाड़ू तो मैं ला दांगी, वैसे हजे मेनू भूख नहीं हैगी। तुसी ऐ करो, खेत मशीन लगी हुई है, तुसी ओना दी रोटी बांधो, किते उथे रोटी ना कट जे, मैं तो फिर भी बाद चो खा लांगी। ओना दी रोटी तो तेरा वीर सवेर तड़के दा लै गया, तेरे भाणे हल्ले तक थोड़ी नाल बैठे रहणगे, सवेर दी मशीन लैके गए ओह। अच्छा, हुण ते चाह दा टाइम हो गया, हुण ते चाह लैण आंदा ही होणा तेरा वीरा। चल कोई ना भाभी, मैं ठहर के खा लैनी आ, काम नबेड़ ला मैं। प्रीतो। हां जी। ओए आ कुड़ी नूं ला रख्या काम करन, ते मेरी गल सुन, मशीन अपने खेतों दा वढ के बग गई, अपना हले उपरला उपरला वाहन वढे, सच्ची बहुत सोहना घेर निकलिया इसकी तां। लाडो ऐतकी तां रब ने अपनी यही जी सुनी है, सारी फसल ना इन्नी वधिया निकलू वी थोड़े सारे शौक पूरे कर दूंगा ऐतकी मैं। आ छड झाड़ू जा उरे बैठ। वीरे ये तो बहुत वधिया गल है, रब ने चंगी सुनी है अपनी। ओ कमलियो तुसी करम वाली हो, सच्ची जदों दी इस घर च आई हो परमात्मा ने यही सुनी है वी किसी चीज़ की कोई कमी नहीं रही। हुण तुसी ऐ देखो, मैं जाऊँगा अज मंडी, आप तो यह सोच लो दो भैन भी लैना की कुछ है, तुझे आपके कपड़े लीड़ी खरीदने ने जां कोई चीज़ भी लेनी है। वो बस करो, बथेरा तुसी कपड़ा लीड़ा ला दें इन्हां नूं, इन्हां ना सिरे चढ़ाओ, हुण जवान हो गईआं ने, इन्हां दे ब्याह भी करने आपां। ਉਹ ਵਿਆਹ ਕਰਾਂਗੇ, ਵਿਆਹ ਬਿਨਾਂ ਤਾਂ ਨਹੀਂ ਰਹਿੰਦੀ ਇਹ। ਅਤੇ ਨਾਲੇ ਗੱਲ ਸੁਣ, ਇਹ ਲਾਡੋ ਤਾਂ ਭੋਲੀ ਹੈ ਵਿਚਾਰੀ, ਮੈਂ ਕਮਲੀ ਨੂੰ ਕਿੰਨਾ ਜ਼ੋਰ ਲਾਇਆ ਤੀ ਵੀ ਪੜ੍ਹ ਲੈ, ਅੱਗੇ ਪੜ੍ਹ ਲੈ, ਉਹ ਨਿੱਕੀ ਵਾਂਗੂ ਜੇ ਪੜ੍ਹਦੀ ਹੁੰਦੀ ਨਾ ਹੁਣ ਪਟਿਆਲੇ ਮੌਜ ਕਰਦੀ, ਇਹ ਤਾਂ ਘਰ ਦੇ ਕੰਮ ਹੀ ਕਰਦੀ ਰਹਿੰਦੀ ਹੈ ਸਾਰਾ ਦਿਨ। ਵੀਰੇ ਪੜ੍ਹਾਈ ਦਾ ਤਾਂ ਚਲੋ ਮੈਂ ਮੰਨਦੀ ਹਾਂ ਵੀ ਕਰਨਾ ਚਾਹੀਦੀ ਸੀ ਮੈਨੂੰ ਪੜ੍ਹਾਈ, ਪਰ ਹੁਣ ਘਰੇ ਵੀ ਤਾਂ ਔਖਾ ਆ, ਭਾਬੀ ਕਿੰਨਾ ਕੁ ਚਿਰ ਕਰਦੀ ਰਹੂਗੀ। ਉਹ ਕੁਛ ਨਹੀਂ ਹੁੰਦਾ ਤੈਨੂੰ, ਬਥੇਰਾ ਕਰ ਨੂੰ, ਆ ਤੂੰ ਹੀ ਇਹਦਾ ਹਜ ਪਿਆਰ ਜਿਹਾ ਕਰਕੇ ਇਹਨਾਂ ਨੂੰ ਐਂ ਚਮਲਾ ਰੱਖਿਆ, ਆ ਦੇਖ ਲੈ ਹੁਣ ਨੰਨਾ ਮਾਰਦੀ ਹੈ ਨਾ ਵੀ ਕਿਉਂ ਦਵਾਉਂਦੇ ਹੋ ਕੱਪੜੇ। ਹੁਣ ਤਾਂ ਭਾਬੀ ਠੀਕ ਹੋ ਗਏ ਨਾ, ਪਹਿਲੇ ਬਹੁਤ ਬਿਮਾਰ ਸੀ, ਮੈਨੂੰ ਪਤਾ ਮੈਂ ਭਾਬੀ ਨੂੰ ਕਿਵੇਂ ਸਾਂਭਿਆ, ਕਿਉਂ ਭਾਬੀ? ਹੋਰ ਕੀ। ਚਲ ਕੋਈ ਨਹੀਂ, ਪਰਮਾਤਮਾ ਤੁਹਾਡਾ ਅਸੀਂ ਪਿਆਰ ਬਣਾਈ ਰੱਖੇ। ਅਤੇ ਮੈਂ ਕਹਿਣਾ ਨਿੱਕੀ ਨੂੰ ਫੋਨ ਕਰ, ਉਹਨੂੰ ਪੁੱਛ ਵੀ ਭਾਈ ਜੇ ਤੇਰੀ ਪੜ੍ਹਾਈ 'ਚੋਂ ਹੈਗੀ ਤੈਨੂੰ ਛੁੱਟੀ ਤਾਂ ਆ ਕੇ ਜਿਹੜੀ ਕੋਈ ਚੀਜ਼ ਵਾਸਤੇ ਲੈ ਜਾਣੀ ਜਾਂ ਪੈਸੇ ਟੱਕੇ ਲੈਣੇ ਲੈ ਜੇ ਹੁਣ। ਵੀਰੇ ਉਹ ਨਹੀਂ ਆਉਂਦੀ ਹੈਗੀ, ਮੈਨੂੰ ਪਤਾ ਨਾ ਉਹਦਾ, ਮੈਂ ਪਰਸੋਂ ਫੋਨ ਕਰਿਆ ਸੀ ਵੀ ਗੇੜਾ ਮਾਰ ਜਾ, ਆਈ ਨਹੀਂ ਹੈਗੀ ਹਜੇ ਤੱਕ। ਤੂੰ ਐਂ ਕਰੀ ਅੱਜ ਉਹਨੂੰ ਫੋਨ ਕਰ ਲੈ, ਕਹਿੰਦੇ ਵੀਰੇ ਨੇ ਫਸਲ ਵੇਚਤੀ, ਪੈਸੇ ਲੈਣ ਗਿਆ ਅੜਤੀ, ਤੂੰ ਜੇ ਤੈਨੂੰ ਪੈਸਿਆਂ ਦੀ ਲੋੜ ਹੈ ਲੈ ਜਾ ਆਪਦਾ ਖਰਚਾ ਵਰਤ। ਹਾਂ ਪੈਸੇ ਪਿੱਛੇ ਤਾਂ ਊਂ ਭੱਜੀ ਆਊਗੀ ਉਹ, ਮਿਲਣ ਮੁਲਣ ਤਾਂ ਉਹਨੂੰ ਥੋੜ੍ਹੀ ਚਾਹ ਹੈਗਾ। ਚੱਲ ਕੋਈ ਨਹੀਂ, ਨਿਆਣੀ ਆਓ ਤੂੰ ਗੱਲ ਕਰ ਲਈ, ਮੇਰੀ ਗੱਲ ਸੁਣ, ਮੈਂ ਹੁਣ ਟਰਾਲੀਆਂ ਭੇਜੀਆਂ ਨੇ ਮੰਡੀ 'ਚ, ਮੰਡੀ 'ਚ ਜਾ ਕੇ ਆਉਣਾ ਚੰਗਾ? ਚੰਗਾ। ਹਾਂ ਤੁਸੀਂ ਚਾਹ ਚੂਹ ਕਰ ਲਿਓ, ਆਪਣੇ ਜੋਗਰੀ ਕਰਿਓ, ਹੁਣ ਮਸ਼ੀਨ ਤਾਂ ਕਹਿ ਦੇ ਹੋਰ ਬਾਗੀ। ਠੀਕ ਹੈ ਵੀਰੇ। ਚੱਲ ਚੰਗਾ, ਮੈਂ ਵੀ ਕੱਪੜੇ ਪ੍ਰੈਸ ਕਰ ਲਾਂ, ਤੂੰ ਆਪਣੀ ਰੋਟੀ ਪਾ ਕੇ ਖਾ ਲਾ। ਚੰਗਾ ਠੀਕ ਹੈ ਭਾਬੀ, ਮੈਂ ਪਹਿਲੇ ਗੱਲ ਕਰ ਲਾਂ ਨਿੱਕੀ ਨਾਲ। ਨਿੱਕੀ ਨੂੰ ਫੋਨ ਲਾਉਂਦੀ ਹਾਂ, ਵੀਰਾ ਵੀ ਆਪਣਾ ਕਿੰਨਾ ਧਿਆਨ ਰੱਖਦਾ ਆ, ਇੱਕ ਉਹ ਜਿਹੜੀ ਪਿੰਡ ਗੇੜੇ ਨਹੀਂ ਮਾਰਦੀ। ਹੈਲੋ। ਹਾਂਜੀ ਭੈਣੇ। ਕਿੱਦਾਂ ਨਿੱਕੀ? ਮੈਂ ਵਧੀਆ, ਤੂੰ ਸੁਣਾ? ਵਧੀਆ ਵਧੀਆ, ਕਿੱਥੇ ਆ? ਕੁਛ ਨਹੀਂ, ਬਸ ਨਾ ਉਹ ਟੈਸਟ ਦੀ ਤਿਆਰੀ ਜੀ ਕਰੀ ਜਾਂਦੀ ਸੀ, ਪੜ੍ਹਦੀ ਸੀਗੀ। ਆਹਾਂ ਪੜ੍ਹਦੀ ਸੀ, ਬਸ ਕਰਿਆ ਕਰ, ਬਹਾਨੇ ਘੱਟ ਲਾਇਆ ਕਰ, ਟੈਸਟ ਦੇਣ ਦੇ ਮਾਰੇ ਨਾ ਪਿੰਡ ਹੀ ਨਹੀਂ ਆਉਂਦੀ ਹੈਗੀ। ਵੀਰਾ ਤੈਨੂੰ ਪਤਾ ਕਿੰਨਾ ਯਾਦ ਕਰੀ ਜਾਂਦਾ ਸੀਗਾ। ਓਹੋ ਦੀਦੀ ਕੋਈ ਬਹਾਨਾ ਨਹੀਂ ਲਾਂਦੀ ਹੈਗੀ। ਆਹਾਂ ਵੀਰਾ ਪਤਾ ਕਿਉਂ ਯਾਦ ਕਰਦਾ ਸੀ? ਅੱਜ ਉਹਨਾਂ ਨੇ ਫਸਲ ਵੇਚਣੀ ਹੈ ਤੇ ਵੀਰੇ ਨੇ ਆਹ ਗੱਲ ਸਪੈਸ਼ਲ ਕਹੀ ਆ ਵੀ ਨਿੱਕੀ ਨੂੰ ਬੁਲਾ ਲਾ, ਜੇ ਕੱਪੜੇ ਲੀੜੇ ਲੈਣੇ ਆ ਤਾਂ ਪਿੰਡ ਗੇੜਾ ਮਾਰ ਜਾ। ਕੋਈ ਗੱਲ ਨਹੀਂ ਦੀਦੀ, ਜ਼ਰੂਰ ਆਉਂਗੀ। ਅੱਛਾ ਮੈਨੂੰ ਇਹ ਦੱਸੋ, ਤੁਹਾਡੇ ਕੋਲੇ ਤਾਂ ਨਹੀਂ ਹੈਗਾ ਕੋਈ? ਨਾ ਕੋਲੇ ਨਹੀਂ ਹੈਗਾ, ਕਿਉਂ ਕੀ ਹੋਇਆ? ਮੈਂ ਤਾਂ ਲਾਡੀ ਨਾਲ ਬੈਠੀ ਸੀਗੀ, ਕੈਂਟੀਨ ਚ ਆਏ ਹੋਏ ਸੀ ਅਸੀਂ। ਆਹਾਂ ਸਾਰਾ ਟਾਈਮ ਉਹਦੇ ਨਾਲ ਹੀ ਬੈਠੀ ਰਹਿੰਦੀ ਆ, ਪੜ੍ਹਦੀ ਲਿਖਦੀ ਵੀ ਹੈ ਕਿ ਬਸ ਉਈ ਗੱਲਾਂ ਮਰੀ ਜਾਂਦੀ ਆ? ਦੀਦੀ ਕੱਲਾ ਗੱਲਾਂ ਚ ਨਹੀਂ ਟਾਈਮ ਖੁੱਲਦੀ ਹੈ ਕਿ ਮੈਂ ਪੜ੍ਹਦੀ ਨਹੀਂ ਆ। ਹਾਂ ਪੜ੍ਹ ਕੇ ਨਾ ਆਪਣਾ ਕੁਛ ਬਣ ਜਾ, ਤੈਨੂੰ ਪਤਾ ਆ ਮੈਂ ਤਾਂ ਪੜ੍ਹੀ ਨਹੀਂ ਹੈਗੀ, ਮੇਰੇ ਜਿਹੜੇ ਸਾਰੇ ਸੁਪਨੇ ਨੇ ਐਵੇਂ ਅਧੂਰੇ ਰਹਿ ਗਏ, ਹੁਣ ਤੇਰੇ ਤੇ ਹੀ ਆਸਾਂ ਨੇ। ਕੋਈ ਗੱਲ ਨਹੀਂ ਦੀਦੀ, ਤੂੰ ਮੇਰੀ ਇੰਨੀ ਫਿਕਰ ਨਾ ਕਰਿਆ ਕਰ, ਸਭ ਕੁਛ ਹੋ ਜਾਊਗਾ, ਨਾਲੇ ਬਸ ਆਉਣ ਹੀ ਆ ਗਈ ਮੈਂ ਵੀ ਸੈਟਰਡੇ ਰਾਤ। ਸੈਟਰਡੇ ਤੱਕ ਪੱਕਾ ਆ ਜੀ, ਠੀਕ ਆ ਨਾ? ਹਾਂ ਜੇ ਸੈਟਰਡੇ ਨਹੀਂ ਹੈਗਾ ਤਾਂ ਸੰਡੇ ਤਾਂ ਪੱਕਾ ਹੀ ਆ ਜਾ। ਹਾਂ ਮੈਨੂੰ ਦੁਬਾਰਾ ਫੋਨ ਕਰਨ ਦੀ ਨਾ ਲੋੜ ਨਾ ਪਵੇ। ਕੋਈ ਗੱਲ ਨਹੀਂ ਦੀਦੀ, ਪੱਕਾ। ਚੰਗਾ ਤੁਸੀਂ ਧਿਆਨ ਰੱਖਿਓ ਆਪਣਾ। ਹਾਂ ਬਾਏ ਬਾਏ, ਕੁਛ ਖਾ ਪੀ ਲਈ? ਹਾਂ ਹਾਂ ਠੀਕ ਆ, ਬਾਏ। ਕਮਲੀ ਨਾ ਹੋਵੇ, ਚੱਲ ਸੰਡੇ ਤੱਕ ਤਾਂ ਆਈ ਜਾਊਗੀ, ਇੰਨੇ ਮੈਂ ਰੋਟੀ ਖਾ ਲਾਂ, ਭੁੱਖ ਬਾਹਲੀ ਲੱਗੀ ਜਾਂਦੀ ਆ।
ਸਸਰੀਕਾਰ ਭਾਬੀ ਜੀ। ਸਸਰੀਕਾਲ। ਹੋਰ ਕਿਵੇਂ ਹੋ? ਠੀਕ ਹੈ, ਤੂੰ ਸੁਣਾ। ਵਿੱਕੀ ਕਿੱਥੇ ਹੈ? ਉਹ ਤੇ ਮੰਡੀ ਗਏ ਨੇ। ਅੱਛਾ, ਮੰਡੀ ਜਾ ਰਿਹਾ? ਹਾਂ, ਉਹ ਤਾਂ ਮੇਰੇ ਡੈਡੀ ਨੂੰ ਕੰਮ ਦੀ ਵਿੱਕੀ ਦਾ ਹੀ। ਅੱਛਾ, ਤੇ ਜਦੋਂ ਆ ਗਿਆ ਭੇਜ ਦਿਓ। ਪਹਿਲਾਂ ਵੀ ਮੇਰੇ ਡੈਡੀ ਨੇ ਕਈ ਸੁਨੇਹੇ ਲਾਤੇ, ਵਿੱਕੀ ਆਇਆ ਨਹੀਂ ਹੈਗਾ, ਜ਼ਰੂਰੀ ਕੰਮ ਹੈ, ਉਹਨੂੰ ਭੇਜ ਦਿਓ ਪੱਕਾ। ਚੱਲ ਕੋਈ ਨਹੀਂ, ਮੈਂ ਸੁਨੇਹਾ ਦੇ ਦੂੰਗੀ ਤੁਹਾਡਾ। ਹਾਂ, ਹੋਰ ਠੀਕ ਹੋ ਭਾਬੀ? ਹਾਂ, ਵਧੀਆ ਵਧੀਆ। ਠੀਕ ਹੈ, ਚੱਲ ਓਕੇ, ਭੇਜ ਦਿਓ। ਚੱਲ ਚੰਗਾ ਭਾਬੀ। ਕੀ ਕਹਿੰਦਾ ਸੀ ਸ਼ਿੰਦਾ? ਕੁਛ ਨਹੀਂ, ਉਹ ਤਾਂ ਤੇਰੇ ਵੀਰੇ ਨਾਲ ਉਹਨੂੰ ਕੰਮ ਸੀ ਤਾਂ ਆਇਆ ਸੀਗਾ। ਆਹੋ, ਪਤਾ ਹੀ ਹੈ ਕਿਹੜਾ ਕੰਮ ਹੋਣਾ ਵੀਰੇ ਥਾਈ। ਆਹੋ, ਉਦੋਂ ਤੇਰੀ ਫੋਟੋ ਲੈ ਕੇ ਗਿਆ ਨਾ ਰਿਸ਼ਤੇ ਵਾਸਤੇ। ਆਹੋ, ਪਤਾ ਆ, ਇਹੋ ਜਿਹੇ ਰਿਸ਼ਤੇ ਦਿਖਾਉਂਦੇ ਆ, ਪਸੰਦ ਵੀ ਨਹੀਂ ਆਉਂਦਾ ਹੈਗਾ ਮੈਨੂੰ। ਪਤਾ ਨਹੀਂ ਇਹਨੂੰ ਮੇਰੇ ਰਿਸ਼ਤੇ ਦੀ ਇੰਨੀ ਕਾਹਲ ਕਾਹਤੋਂ ਆ। ਚੱਲ ਕੋਈ ਨਾ, ਅਸੀਂ ਕਿਹੜਾ ਇਵੇਂ ਤੋੜ ਦਾਂਗੇ ਤੈਨੂੰ? ਦੇਖ ਕੇ ਪਰਖ ਕੇ ਫੇਰ ਹੀ ਕਰਾਂਗੇ। ਭਾਬੀ, ਮੈਂ ਨਹੀਂ ਵਿਆਹ ਕਰਾਉਣਾ ਹਜੇ। ਤੇਰਾ ਬਾਈ ਤੁਹਾਨੂੰ ਇੰਨਾ ਪਿਆਰ ਕਰਦਾ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਰੱਖੀ ਆ? ਫਿਰ ਭਾਬੀ, ਮੈਂ ਤੁਹਾਨੂੰ ਤੰਗ ਕਰਦੀ ਹਾਂ ਜਿਹੜਾ ਤੁਸੀਂ ਮੇਰਾ ਵਿਆਹ ਕਰਨ ਨੂੰ ਫਿਰਦੇ ਹੋ। ਬੈਠ, ਮੇਰੀ ਗੱਲ ਸੁਣ। ਵਿਆਹ ਤਾਂ ਹਰ ਕੁੜੀ ਨੂੰ ਕਰਾਉਣਾ ਪੈਂਦਾ। ਦੇਖ, ਮੈਂ ਵੀ ਤਾਂ ਤੁਹਾਡੇ ਘਰੇ ਵਿਆਹ ਕੇ ਆਈ ਨਾ। ਪਰ ਭਾਬੀ, ਮੇਰੀ ਉਮਰ ਨਹੀਂ ਹੋਈ ਅਜੇ ਵਿਆਹ ਦੀ। ਵਿਆਹ ਦੀ ਉਮਰ ਤਾਂ ਕਿਸੇ ਦੀ ਵੀ ਨਹੀਂ ਹੁੰਦੀ ਜੇ ਕੁੜੀਆਂ ਇਹ ਸੋਚਣ ਤਾਂ। ਚੰਗਾ ਭਾਬੀ, ਜਿਵੇਂ ਤੁਹਾਨੂੰ ਸਹੀ ਲੱਗਦਾ, ਤੁਸੀਂ ਕਿਹੜਾ ਮੇਰੀ ਮੰਨੀ ਆ, ਅੱਗੇ ਮੰਨੀ ਹੈ ਮੇਰੀ। ਵੀਰੇ ਨੂੰ ਕਹੂੰ ਮੈਂ, ਮੇਰੇ ਪਿਆਰ 'ਚ ਕੋਈ ਕਮੀ ਹੈ, ਤੈਨੂੰ ਕੀ ਲੱਗਦਾ? ਚੰਗਾ ਭਾਬੀ, ਠੀਕ ਆ, ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਵੇਂ ਕਰੋ। ਚੱਲ, ਆਹ ਤਾਂ ਮੌਜ ਹੈ। ਇਹ ਨਹੀਂ ਹੈਗਾ ਵੀ ਜੇ ਕਿਸੇ ਪਾਸੇ ਵਗ ਜੂੰਗਾ ਕੰਮ ਰਹਿ ਜੂਗਾ, ਰੱਜੀਆਂ ਬੈਠੀਆਂ ਨੇ ਮੈਸਾਂ ਤਾਂ। ਚੱਲ ਯਾਰ, ਕੱਲ੍ਹ ਨੂੰ ਫਿਰ ਸਾਰਾ ਦਿਨ ਮੰਡੀ 'ਚ ਫੁੱਟੂ। ਵੀਰੇ। ਹਾਂ ਲੱਡੋ। ਵੇਚੇ ਤੁਸੀਂ ਫਸਲ? ਨਾ, ਫਸਲ ਬਣੀ ਇੰਨੀ ਜਲਦੀ ਕਿੱਥੇ ਵਿਕਦੀ ਹੈ? ਹਾਲੇ ਤਾਂ ਅੱਜ ਕਹਿੰਦੇ ਸੁੱਕਣੀ ਸੱਕਣੀ ਪਾਵਾਂਗੇ, ਕੱਲ੍ਹ ਜਾਂ ਪਰਸੋਂ ਤੱਕ ਤੋਲਣਗੇ। ਅੱਛਾ ਅੱਛਾ, ਕਿਵੇਂ ਮੰਗਾਉਣਾ ਤੁਸੀਂ ਕੁਛ? ਨਹੀਂ ਨਹੀਂ ਵੀਰੇ, ਮੈਂ ਤਾਂ ਐਂ ਕਹਿੰਦੀ ਸੀ, ਉਹ ਨਾ ਸ਼ਿੰਦਾ ਆਇਆ ਸੀਗਾ, ਉਹਦੇ ਡੈਡੀ ਨੂੰ ਤੁਹਾਡੇ ਥਾਈਂ ਕੋਈ ਕੰਮ ਹੋ। ਹਾਂ, ਸਮਝ ਗਿਆ ਸਮਝ ਗਿਆ, ਉਹ ਮੈਨੂੰ ਮਿਲ ਗਿਆ ਸੀ ਅਸਲ ਵਿੱਚ ਰਸਤੇ 'ਚ। ਉਹ ਕਹਿੰਦਾ ਉਸੇ ਗੱਲ ਬਾਰੇ ਗੱਲ ਕਰਦਾ ਸੀ ਤਾਂ, ਉਹ ਤੇਰੀ ਫੋਟੋ ਨਹੀਂ ਲੈ ਕੇ ਗਿਆ ਸੀ ਉਹ। ਅੱਛਾ, ਉਹ ਕਹਿੰਦਾ ਵੀ ਰਿਸ਼ਤੇ ਦੀ ਗੱਲਬਾਤ ਹੁਣ ਤੋਰ ਲਈ ਅੱਗੇ। ਮੇਰੀ ਗੱਲ ਸੁਣ ਭੈਣੇ, ਮੁੰਡਾ ਬਹੁਤ ਵਧੀਆ ਘਰੋਂ ਹੈ, ਇਕੱਲਾ ਇਕੱਲਾ ਮੁੰਡਾ ਹੈ, ਚੰਗੀ ਜ਼ਮੀਨ ਹੈ, ਵੱਡੇ ਭਾਈ ਦਾ ਕਾਰੋਬਾਰ ਉਹਦਾ ਸ਼ਹਿਰ 'ਚ ਹੈ, ਤੈਨੂੰ ਕਾਹਲੀ ਗੱਲ ਦੀ ਟੈਨਸ਼ਨ ਆ ਉੱਥੇ? ਪਰ ਵੀਰੇ, ਮੈਂ ਅਜੇ ਵਿਆਹ ਨਹੀਂ ਕਰਾਉਣਾ ਹੈ। ਕਮਲੀ, ਇੱਕ ਨਾ ਇੱਕ ਦਿਨ ਤਾਂ ਵਿਆਹ ਕਰਾਉਣੀ ਹੈ, ਹੁਣ ਚੰਗੀ ਥਾਂ 'ਤੇ ਰਿਸ਼ਤਾ ਮਿਲ ਰਿਹਾ, ਫਿਰ ਕੱਲ੍ਹ ਨੂੰ ਆਪਾਂ ਲੱਭਦੇ ਫਿਰਾਂਗੇ, ਨਾਲੇ ਹਾਲੇ ਐਡਾ ਲੋਡ ਲੈਣ ਦੀ ਕੋਈ ਲੋੜ ਨਹੀਂ। ਫੋਟੋ ਭੇਜੀ ਆਪਾਂ ਨੇ ਉਹਨਾਂ ਦੇ ਘਰੇ, ਜੇ ਫੋਟੋ ਪਸੰਦ ਆ ਗਈ ਫਿਰ ਕੋਈ ਗੱਲਬਾਤ ਅੱਗੇ ਤੁਰੂਗੀ, ਐਵੇਂ ਟੈਨਸ਼ਨ ਲਈ ਬੈਠੀ ਹੈ ਬੋਲੀ। ਚੱਲ ਐਂ ਦੱਸ, ਰੋਟੀ ਸਬਜ਼ੀ ਕੀ ਬਣਾਇਆ? ਰੋਟੀ ਸਬਜ਼ੀ ਦਾਲ ਬਣਾਈ ਆ। ਚੱਲ ਕੋਈ ਨਹੀਂ, ਆ ਜਾ ਖਾਣੇ ਫਿਰ। ਤੇ ਮੇਰੀ ਨਿੱਕੀ ਨਾਲ ਵੀ ਗੱਲ ਹੋ ਗਈ ਸੀ, ਉਹ ਇੱਕ ਅੱਧੇ ਦਿਨ ਤੱਕ ਆ ਜੂਗੀ। ਚੱਲ ਵਧੀਆ, ਫਿਰ ਸਮਾਂ ਉਹਨੂੰ ਕਹਦੇ ਆ ਜਾ, ਕਿਤੇ ਇਹ ਨਾ ਹੋਵੇ ਤੈਨੂੰ ਵਿਆਹ ਕੇ ਤੋਰ ਦਈਏ, ਉਹ ਪੜਦੀ ਰਹਿ ਜੇ। ਨਾ, ਕਹਿਤਾ ਸੀ ਵੀਰੇ ਮੈਂ। ਠੀਕ ਹੈ। ਇਸ ਲਾਗੇ ਅੱਜ ਨਹੀਂ ਲਾਇਆ ਤੂੰ ਲੈਕਚਰ? ਉਹ ਨਾ ਯਾਰ, ਅੱਜ ਮੇਰਾ ਮਨ ਜਾ ਨਹੀਂ ਕੀਤਾ। ਤੇਰਾ ਤਾਂ ਮਨ ਕਰਦਾ ਵੀ ਕਦੋਂ ਆ? ਮੈਂ ਗੱਲ ਕਰਨੀ ਸੀ ਤੇਰੇ ਨਾਲ। ਕਿਹੜੀ ਗੱਲ? ਯਾਰ ਨਿੱਕੀ, ਭਾਈ ਦੇ ਫੋਨ ਆਈ ਜਾਂਦੇ ਨੇ, ਕਹਿੰਦਾ ਘਰ ਆ ਜਾ। ਤੈਨੂੰ ਹੁਣ ਘਰੇ ਜਾਣ ਦੀ ਹੋ ਗਈ, ਦੇਖ ਲਾ ਤੂੰ ਮੇਰਾ ਜਮਾ ਹੀ ਟਾਈਮ ਸਪੈਂਡ ਕਰਦਾ। ਪਹਿਲਾਂ ਤਾਂ ਨਾ ਮੇਰੇ ਅੱਗੇ ਪਿੱਛੇ ਪਿੱਛੇ ਘੁੰਮਦਾ ਸੀ, ਸਾਰਾ ਦਿਨ ਗੱਲਾਂ ਕਰਦੇ ਸੀਗੇ ਆਪਾਂ। ਉਹ ਯਾਰ, ਤੈਨੂੰ ਐਵੇਂ ਹੀ ਲੱਗਦਾ, ਸਾਰਾ ਦਿਨ ਤੇਰੇ ਨਾਲ ਤਾਂ ਰਹਿਣਾ, ਅੱਜ ਵੀ ਮੈਂ ਲੈਕਚਰ ਤੇਰੇ ਕਰਕੇ ਛੱਡਿਆ। ਮੈਨੂੰ ਤਾਂ ਲੱਗਦਾ ਨਹੀਂ, ਜੇ ਮੇਰੇ ਕਰਕੇ ਛੱਡਿਆ ਹੁੰਦਾ ਨਾ ਅਜੇ ਜਾਣ ਦੀ ਗੱਲਾਂ ਨਾ ਕਰਦਾ। ਅੱਜ ਤਾਂ ਕਮ ਸੇ ਕਮ ਕੋਈ ਪਿਆਰ ਦੀਆਂ ਰੋਮਾਂਟਿਕ ਗੱਲਾਂ ਕਰ ਲਾ। ਉਹ ਫਿਰ ਵੀ ਹੁਣ ਜਿਹੜੀ ਗੱਲ ਮੇਰੇ ਨਾਲ ਘਰੇ ਹੋਈ ਮੈਂ ਤੈਨੂੰ ਦੱਸ ਦਿੱਤੀ। ਅੱਛਾ, ਕੀ ਕਹਿੰਦੇ ਸੀ? ਉਹ ਕੁਛ ਨਹੀਂ ਯਾਰ, ਕਹਿਣਾ ਤਾਂ ਕੀ ਹੈ, ਕਹਿੰਦੇ ਕਿੰਨੇ ਦਿਨ ਹੋ ਗਏ ਘਰੇ ਗੇੜਾ ਨਹੀਂ ਮਾਰਿਆ, ਹੁਣ ਘਰੇ ਆ ਕੇ ਜਾ। ਅੱਛਾ, ਹੁਣ ਫਿਰ ਤੂੰ ਪਿੰਡ ਜਾਣਾ? ਜਾਣੀ ਪੈਣਾ। ਵੈਸੇ ਯਾਰ ਮੈਨੂੰ ਵੀ ਦੀਦੀ ਦੇ ਬਹੁਤਾ ਫੋਨ ਆਉਂਦੇ ਰਹਿੰਦੇ ਆ, ਕਹਿੰਦੀ ਪਿੰਡ ਆ ਜਾ ਯਾਰ ਕਦੇ, ਹੁਣ ਉੱਥੇ ਜਾ ਕੇ ਪਟਿਆਲੇ ਭੁੱਲ ਹੀ ਗਈ ਆ ਤੂੰ ਮੈਨੂੰ। ਚੱਲ ਕੋਈ ਗੱਲ ਨਹੀਂ, ਇੱਕ ਮਿੰਟ, ਮੇਰਾ ਫੋਨ ਆ ਰਿਹਾ। ਨਿੱਕੀ, ਮੇਰੀ ਗੱਲ ਸੁਣ ਧਿਆਨ ਨਾਲ। ਕੀ ਹੋਇਆ? ਹੋਣਾ ਕੀ ਹੈ, ਤੈਨੂੰ ਮੇਰੀ ਟੈਨਸ਼ਨ ਪਤਾ ਨਹੀਂ ਲੱਗ ਰਹੀ? ਮੈਂ ਕਾਹਤੋਂ ਟੈਨਸ਼ਨ 'ਚ ਹਾਂ? ਵੀਰੇ ਨੇ ਨਾ ਮੇਰਾ ਰਿਸ਼ਤਾ ਕਿਤੇ ਕਰਤਾ, ਹਜੇ ਫਾਈਨਲ ਨਹੀਂ ਹੋਇਆ ਹੈਗਾ, ਸਿਰਫ ਹਜੇ ਫੋਟੋ ਭੇਜੀ ਹੈ। ਮੈਂ ਤਾਂ ਤੈਨੂੰ ਭੈਣੇ, ਮੇਰੀ ਪੂਰੀ ਗੱਲ ਸੁਣ ਪਹਿਲਾਂ, ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ ਵੀ ਤੂੰ ਅੜੀਏ ਅੱਜ ਹੀ ਆ ਜਾ, ਇਹ ਨਾ ਹੋਵੇ ਤੇਰੀ ਪੜ੍ਹਾਈ ਦੇ ਚੱਕਰ 'ਚ ਇੱਥੋਂ ਮੇਰਾ ਵਿਆਹ ਵੀ ਧਰ ਦੇਣ ਤੇ ਤੂੰ ਮਹਾਰਾਣੀ ਆਵੇਂ ਵੀ ਨਾ। ਮੈਂ ਤੈਨੂੰ ਕਹਿੰਦੀ ਹਾਂ। ਚੱਲ ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ। ਫਿਕਰ ਕਾਹਨੂੰ ਨਾ ਕਰਾਂ,
ਮੈਨੂੰ ਤੇਰੇ ਇੰਨੀ ਟੈਨਸ਼ਨ ਹੋਈ ਜਾਂਦੀ ਹੈ। ਮੈਂ ਤੇਰੇ ਨਾਲ ਚਾਰ ਗੱਲਾਂ ਮਾਰਨੀਆਂ ਨੇ, ਭੈਣ ਬਣ ਕੇ ਤੂੰ ਅੱਜ ਹੀ ਆ ਜਾ। ਚਲੋ ਠੀਕ ਹੈ, ਮੈਂ ਅੱਜ ਹੀ ਆ ਜਾਂਦੀ ਹਾਂ ਕਿ ਬਸ 10-11 ਵਜੇ ਪਹੁੰਚੂੰਗੀ। ਹਾਂ ਪੱਕਾ ਆ ਜੀ, ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਆ, ਪਤਾ ਨਹੀਂ ਮੁੰਡਾ ਕਿਹੋ ਜਿਹਾ ਲੱਭਿਆ ਹੋਣਾ ਵੀਰੇ ਨੇ। ਤੁਸੀਂ ਟੈਨਸ਼ਨ ਨਾ ਲਓ, ਆਪਾਂ ਆਪ ਹੀ ਕਰਦੇ ਹਾਂ ਗੱਲਬਾਤ। ਹਾਂ ਚਲ ਠੀਕ ਆ ਜੀ। ਦੇਖ ਲਾ ਲਾਡੀ, ਹੁਣ ਮੇਰੀ ਭੈਣ ਦਾ ਵੀ ਰਿਸ਼ਤਾ ਹੋਣ ਲੱਗਿਆ। ਵਧੀਆ ਗੱਲ ਹੈ, ਨਾਰਾਜ਼ ਕਿਉਂ ਨਹੀਂ ਹੈ? ਯਾਰ ਨਾਰਾਜ਼ ਤਾਂ ਹੋਊਂਗੀ, ਹੁਣ ਵਿੱਚੇ ਉਹਨਾਂ ਦੀ ਗੱਲ ਚੱਲ ਰਹੀ ਹੈ ਤਾਂ ਅਗਲਾ ਨੰਬਰ ਤਾਂ ਮੇਰਾ ਹੀ ਹੈ ਨਾ। ਉਹ ਟੈਨਸ਼ਨ ਨਾ ਲੈ, ਆਪਾਂ ਉਦੋਂ ਪਹਿਲਾਂ ਸੈਟਿੰਗ ਕਰ ਲਾਂਗੇ। ਨਹੀਂ ਤੁਸੀਂ ਹੁਣੀ ਜਾ ਕੇ ਨਾ ਕਰੇ, ਬਸ ਗੱਲ ਹੀ ਕਰੋਗੇ ਰਿਸ਼ਤੇ ਦੀ। ਚਲ ਠੀਕ ਹੈ, ਮੈਂ ਪੱਕਾ ਨਾ ਕਰੇ ਜਾ ਕੇ ਗੱਲ ਕਰੂੰਗਾ। ਪੱਕਾ ਪ੍ਰੋਮਿਸ? ਪੱਕਾ। ਕਿਤੇ ਦੀਦੀ ਦਾ ਰਿਸ਼ਤਾ ਵੀ ਹੋ ਜਾਏ ਤੇ ਮੇਰਾ ਵੀ ਨਾਲ ਹੀ ਕਰਦੇ। ਉਹ ਠੀਕ ਹੈ, ਇਹ ਦੱਸ ਕਿੰਨੇ ਦਿਨਾਂ ਨੂੰ ਆ ਜਾਏਗੀ? ਯਾਰ ਹਫ਼ਤਾ ਕੁ ਤਾਂ ਲਾਣਾ ਹੀ ਪਊਗਾ, ਫਿਰ ਭੈਣ ਦਾ ਵਿਆਹ ਵੀ ਹੋ ਜਾਏ ਕਿੱਤਾ। ਚਲ ਠੀਕ ਹੈ, ਮੈਂ ਵੀ ਫਿਰ ਘਰੇ ਜਾਣਾ ਜੋ। ਚਲ ਠੀਕ ਹੈ, ਮੈਨੂੰ ਜਾ ਕੇ ਫੋਨ ਪੱਕਾ ਕਰ ਲਈ। ਪੱਕਾ ਭੁੱਲਣਾ ਚਾਹੀ ਪਿੰਡ ਜਾ ਕੇ। ਨਹੀਂ ਭੁੱਲਦਾ। ਚਲ ਚੰਗਾ, ਬਾਏ। ਓਕੇ। ਸੱਚੀ ਮਿੱਚੀ ਜ਼ਿੰਦਗੀ ਹੋਰ ਹੀ ਹੋ ਜਾਂਦੀ ਨਾ ਤੇਰਾ। ਚੱਲ ਵਧੀਆ ਗਾ, ਤੂੰ ਪਟਿਆਲੇ ਸ਼ਿਫਟ ਹੋ ਗਿਆ। ਉਹ ਇਹ ਤਾਂ ਹੈ ਯਾਰ, ਉਹ ਬਸ ਬਾਈ ਕਹਿੰਦਾ ਸੀ ਕਹਿੰਦਾ ਮੈਂ ਪਿੰਡ ਆਇਆ ਹੋਇਆ, ਕਹਿੰਦਾ ਤੂੰ ਆ ਜਾ, ਨਾਲੇ ਠੇਕੇ ਠੁੱਕੇ ਦਾ ਹਿਸਾਬ ਕਰਨਾ ਹੋਣਾ ਉਹਨੇ। ਭਰਜਾਈ ਦਾ ਕੀ ਹਾਲ ਆ? ਉਹ ਭਰਜਾਈ ਤਾਂ ਯਾਰ ਬਸ ਤੰਗ ਹੀ ਕਰਦੀ ਆ ਹੁਣ ਤਾਂ, ਕਹਿੰਦੀ ਵਿਆਹ ਕਰਵਾ ਲੈ ਮੇਰੇ ਨਾਲ। ਉਹ ਮੈਂ ਵਿਆਹ ਦੀ ਤਾਂ ਸੈਟਿੰਗ ਬਣਨੀ ਨਹੀਂ ਹੈਗੀ ਯਾਰ। ਕਿਉਂ, ਕਾਹਦੇ ਵਾਸਤੇ? ਓਏ ਯਾਰ ਉਹੀ ਬਸ ਸੀਰੀਅਸ ਹੋ ਜਾਂਦੀਆਂ ਨੇ ਮਾੜੀ ਜਿਹੀ ਗੱਲ ਪਿੱਛੇ। ਤੇ ਤੂੰ? ਮੈਂ ਭਰਾਵਾ ਕਿਵੇਂ ਸੀਰੀਅਸ ਹੋ ਜਾ, ਮੈਂ ਤਾਂ ਬਾਈ ਨੇ ਰਿਸ਼ਤਾ ਰੁਸ਼ਤਾ ਦੇਖਿਆ ਹੋਇਆ, ਉੱਥੇ ਦੇਖਦੇ ਹਾਂ ਸੈਟਿੰਗ ਮਹਿੰਦੀ ਹੈ। ਚੱਲ ਦੇਖ ਲਾ ਭਰਾਵਾ, ਤੇਰਾ ਲੋਟ ਆ ਗਿਆ ਵਧੀਆ, ਜਿੱਦਾਂ ਤੇਰਾ ਸੂਟ ਜਾ ਗਿਆ ਨਾ। ਅਸੀਂ ਤਾਂ ਭਰਾਵਾ ਪਲੱਸ ਟੂ ਆ ਕਬੀਲਦਾਰੀ ਨੇ ਅਲਝਾ ਲਏ। ਉਹ ਕਾਹਨੂੰ ਯਾਰ, ਸ਼ਹਿਰ ਵਾਲੀਆਂ ਕੁੜੀਆਂ ਨਾਲ ਬਹੁਤਾ ਬਹੁਤਾ ਰਿਹਾ ਜਾ ਨਹੀਂ ਜਾਂਦਾ। ਹਾਂ ਠੀਕ ਹੈ, ਚੱਲ ਚੰਗਾ, ਚਾਹ ਪਈਏ ਨਾ? ਬਸ ਆਥਰੇ ਬਹਿਨੇ ਆ। ਚੰਗਾ ਠੀਕ ਹੈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਤੇਰੇ? ਠੀਕ ਹਾਂ ਬਾਈ, ਠੀਕ ਹਾਂ। ਵੇਖ ਲਾ ਮੈਂ ਸਵੇਰ ਦਾ ਆ ਕੇ ਬੈਠਾ। ਓ ਬਾਈ ਹੁਣ ਆਉਣਾ ਬਸ, ਇੱਦਾਂ ਲੇਟ ਹੋ ਗਿਆ। ਬਸ ਆ ਸਮਾਨ ਜਿਹਾ ਇਕੱਠੇ ਕਰਦੇ ਨੂੰ ਟਾਈਮ ਲੱਗ ਗਿਆ। ਹੋਰ ਕਿਵੇਂ ਸਿੱਤਾ? ਵਧੀਆ ਬਾਈ, ਵਧੀਆ। ਹੋਰ ਪੜ੍ਹਾਈ ਕਿਵੇਂ ਚੱਲੀ ਜਾਂਦੀ? ਚੱਲੀ ਜਾਂਦੀ ਹੈ ਬਾਈ। ਮੈਂ ਕਿਹਾ ਤੂੰ ਤਾਂ ਕਰੀ ਗੇੜਾ ਮਾਰਨ ਵਾਲੀ, ਮੈਂ ਹੀ ਮਾਰਾਂ ਵਾਂ। ਚੱਲ ਵਧੀਆ ਕਰਿਆ ਬਾਈ, ਨਾਲੇ ਮਿਲ ਕੇ। ਮੇਰੇ ਤਾਂ ਕੀ ਕੰਮ ਸੀ ਬਾਈ? ਮੈਨੂੰ 2-3 ਪਿੰਡ ਕੰਮ ਸੀ, ਇੱਕ ਤਾਂ ਕੰਮ ਤੇਰੇ ਵਾਸਤੇ ਆ। ਹਾਂਜੀ। ਅਤੇ ਇੱਕ ਮੈਂ ਜ਼ਮੀਨ ਵਾਲਿਆਂ ਨਾਲ ਗੱਲ ਕਰਕੇ ਆਇਆ ਸਾਂ। ਚਲੋ ਮੇਰੇ ਵਾਲਾ ਕੰਮ ਦੱਸੋ। ਤੇਰੇ ਵਾਲਾ ਕੰਮ ਤਾਂ ਇਹ ਆ ਵੀ ਕੁੜੀ ਵੇਖੀ ਆ ਤੇਰੇ ਵਾਸਤੇ। ਅੱਛਾ, ਆ ਪਹਿਲਾਂ ਤਾਂ ਫੋਟੋ ਦੇਖ, ਸੋਹਣੀ ਆ। ਫੋਟੋ ਤਾਂ ਸੋਹਣੀ ਆ ਬਾਈ। ਅਤੇ ਨਾ ਮਨਾ ਕਰੀ ਬਾਈ, ਕਿਉਂਕਿ ਭਾਬੀ ਤੇਰੀ ਕਹਿੰਦੀ ਸੀ ਮਨਾ ਕੇ ਆਈ ਇਸ ਵਕਤ। ਚਲੋ ਕੋਈ ਗੱਲ ਨਹੀਂ ਬਾਈ, ਮੈਂ ਦੇਖ ਪਰਖ ਲੈਣਾ ਅਤੇ ਮਾੜਾ ਮੋਟਾ ਯਾਰਾਂ ਦੋਸਤਾਂ ਨਾਲ ਸਲਾਹ ਕਰ ਲੈਣਾ। ਉਹ ਯਾਰ ਕਿਸੇ ਨਾਲ ਸਲਾਹ ਕਰਨ ਦੀ ਕੋਈ ਲੋੜ ਨਹੀਂ ਆ, ਕੁੜੀ ਚੰਗੀ ਆ, ਪਰਿਵਾਰ ਚੰਗਾ ਹੈ, ਹੋਰ ਕੀ ਆਪਾਂ ਨੂੰ ਚਾਹੀਦਾ ਦੱਸ। ਕੋਈ ਗੱਲ ਨਹੀਂ ਬਾਈ, ਥੋੜ੍ਹੀ ਥੋੜ੍ਹੀ ਮੋੜੂੰਗਾ। ਚੱਲ ਇੱਦਾਂ ਕਰ, ਜੇ ਸਾਡੀ ਮੋੜਦਾ ਨਹੀਂ ਨਾ ਤਾਂ ਫਿਰ ਤਿਆਰੀ ਰੱਖ, ਹੁਣ ਮੈਂ ਵਿਚੋਲੇ ਨਾ ਕਰਕੇ ਗੱਲ ਅਤੇ ਆਪਾਂ ਸ਼ਗਨ ਤਾਂ ਰੱਖਦੇ ਹਾਂ। ਚਲੋ ਕੋਈ ਗੱਲ ਨਹੀਂ ਬਾਈ, ਚਲੋ ਮੈਂ ਤਾਂ ਖੁਸ਼ ਹਾਂ ਨਾ ਤੂੰ। ਠੀਕ ਹੈ ਬਾਈ, ਅੱਛਾ ਠੀਕ, ਤੁਸੀਂ ਕਰਤਾ ਸਹੀ ਹੈ। ਓਕੇ, ਚੱਲ ਉਹਨੂੰ ਫੋਨ ਕਰਕੇ ਦੱਸਦਾ ਵੀ ਮਨ ਤਾਂ ਗਿਆ। ਇਹ ਕੁੜੀ ਵੀ ਨਾ ਕਦੇ ਮੇਰੀ ਗੱਲ ਹੀ ਨਹੀਂ ਸਮਝਦੀ, ਆ ਜੂੰਗੀ ਲਾ ਰੱਖਿਆ, ਆਉਣ ਦੇ ਨੂੰ ਮੈਂ ਦੱਸਦੀ ਹਾਂ। ਤੂੰ ਕਿਹਨੂੰ ਸਿਰੇ ਸਿਰੇ ਫੋਨ ਲਾ ਕੇ ਬੈਠੀ ਹੋਈ ਆ? ਭਾਬੀ ਮੈਂ ਤਾਂ ਨਿੱਕੀ ਨੂੰ ਫੋਨ ਲਾਇਆ ਸੀ, ਉਹਨੂੰ ਮੈਂ ਕਹੀ ਜਾਂਦੀ ਹਾਂ ਵੀ ਤੂੰ ਅੱਜ ਆ ਜਾ, ਆਉਂਦੀਆਂ ਐਂ ਲਾਰੇ ਲਾਈ ਜਾਂਦੀ ਹੈ ਮੈਨੂੰ। ਕਾਹਦੀ ਟੈਨਸ਼ਨ ਲਈ ਹੋਈ ਆ, ਮੈਂ ਹੈਗੀ ਹਾਂ ਨਾ ਤੇਰੇ ਨਾਲ। ਉਹ ਤਾਂ ਭਾਬੀ ਮੈਨੂੰ ਪਤਾ ਤੁਸੀਂ ਹੈਗੇ ਹੋ, ਵੀਰੇ ਨੇ ਨਾ ਕੱਲ੍ਹ ਮੇਰੇ ਰਿਸ਼ਤੇ ਦੀ ਗੱਲ ਕਰੀ ਹੈ ਕਿਤੇ, ਅਤੇ ਹਜੇ ਤਾਂ ਸਿਰਫ ਫੋਟੋ ਭੇਜੀ ਆ, ਬਾਕੀ ਅੱਗੇ ਪਤਾ ਨਹੀਂ ਕੀ ਬਣਦਾ। ਤਾਂ ਹੀ ਤਾਂ ਮੈਂ ਨਿੱਕੀ ਨੂੰ ਫੋਨ ਲਾਇਆ ਸੀ, ਜੇ ਵਾਰ ਐਤਵਾਰ ਨੂੰ ਮੇਰਾ ਸ਼ਗਨ ਪੈ ਗਿਆ, ਵਿਆਹ ਹੋ ਗਿਆ, ਫਿਰ ਸਾਡੀਆਂ ਤਾਂ ਗੱਲਾਂ ਵਿੱਚ ਹੀ ਰਹਿ ਜਾਣੀਆਂ। ਤੁਹਾਨੂੰ ਪਤਾ ਮੇਰੀ ਨਿੱਕੀ ਨਾਲ ਕਿੰਨੀ ਬਣਦੀ ਹੈ, ਕਿੰਨਾ ਪਿਆਰ ਹੈ। ਚੱਲ ਤੂੰ ਟੈਨਸ਼ਨ ਨਾ ਲੈ, ਮੈਂ ਤੇਰੇ ਵੀਰੇ ਨਾਲ ਗੱਲ ਕਰਦੀ ਹਾਂ, ਨਾਲੇ ਐਵੇਂ ਕਿਵੇਂ ਰਿਸ਼ਤਾ ਕਰ ਦੂੰਗੇ ਤੈਨੂੰ ਇਕੱਲੀ ਨਾਲ ਗੱਲ ਕਰਕੇ। ਭਾਬੀ ਤੁਸੀਂ ਗੱਲ ਕਰੋ। ਹਾਂ ਕੀ ਗੱਲ ਹੋ ਗਈ? ਨਾ ਤੁਸੀਂ ਮੈਨੂੰ ਦੱਸਿਆ ਨਹੀਂ ਕੁੜੀ ਦੇ ਰਿਸ਼ਤੇ ਦੀ ਗੱਲ ਤੋਰੀ ਆ। ਉਹ ਰਿਸ਼ਤੇ ਦੀ ਗੱਲ ਤਾਂ ਯਾਰ ਹਾਸ਼ਿੰਦਾ ਨਹੀਂ ਅੱਜ ਦੀ ਗੱਲ ਪਰਸੋਂ, ਉਹਦੇ ਰੇਡੀ ਨਾਲ ਚੱਲਦੀ ਦੀ ਗੱਲ, ਮੈਂ ਆਖਿਆ ਦੀ ਮਹਾਂ ਜੇ ਕੋਈ ਵਧੀਆ ਟਿਕਾਣਾ ਹੋਇਆ ਤਾਂ ਕਰਾਂਗੇ। ਕੀ ਗੱਲ ਹੋ ਗਈ? ਐਵੇਂ ਨਾ ਕੁੜੀ ਟੈਨਸ਼ਨ ਲਈ ਜਾਂਦੀ ਪਈ ਆ, ਕਿਤੇ ਐਵੇਂ ਨਾ ਰਿਸ਼ਤਾ ਬੇਕਾਰ ਜਿਹਾ ਦੇਖ ਲਈਓ ਕਿਤੇ ਅੱਜ ਕੱਲ੍ਹ। ਪਤਾ ਪਤਾ ਹੈ ਮੈਨੂੰ ਸਾਰੇ ਮਾਹੌਲ ਦਾ,
बिना सोचे समझे थोड़ी रिश्ता करूँ। उन्हें मैंने चंगी तरह दसा आ मुंडा पटियाले पढ़ता नाले तो पढ़िया लिखा वधिए बड़े भाई दादे का कारोबार शहर च सैट है चंगी जमीन है कला कला रहिंदा अपनी लाडो नूं ना कोई रोकण वाला टोकण वाला जे बन जाए इत्थे रिश्ता मैं तो शुक्र मनाऊँ रब का। चल चंगा फिर भी जांच कर लियो पूरा मैं बेफिक्र रहा उन्होंने फोटो भेजे मैंने तो ए भी उन्होंने फोन आ जाए एक बार चल फिर मेरी सोच निबड़ जाए तो की करती थी हमने दुखी हो जाती है होर की कोई गल नहीं कोई गल नहीं बाकी लटका के फिरी जाती पी है कोई नहीं कह देना मैं आ जा निक्की आ गई आ जा निक्की हो रही है मैं सत श्री अकाल दीदी सत श्री अकाल कैसे वधिया हो ठीक हो वधिया वधिया तू सुना सच तुझे तो इन्ना घबराई जाते पता कितनी टेंशन चाहिए मैं ले घबरावा ना मैं जो तेरा विह होगा ना उदो देखी कि मूह बनता तेरा फिर भी कल नहीं ना विहन लगे है हल तो टाइम पे ले टाइम पे वधिया तू टाइम ना ही आ गई मैं तो यह डर सी भी तू कल आएगी ओहो दीदी वैसे भी मैं आना ही सीगा नाली लाडी भी करें गया होया मैं सोचा मैं भी करें गेड़ा मारी आवा चल बहुत वधिया होया लाडी दे बहाने उरे तो आ गई तू सच वीरा कित्थे आ नाले भाभी वीरा तो भाभी अंदर ही आ अच्छा वैसे ना मैं बहुत सारी गल्लां करनियां आंगियां थोड़े नाल गल्लां करनियां ने कि चुगलियां करनियां ने लाडी दियां ओही लगा लो चल कोई ना तू वीरा ओ बल्ले आ गई मेरी भैण हां जी वीरे सत श्री अकाल ठीक है सत श्री अकाल लाडो मुबारक भाई दिन बहुत बहुत बह जा वो तो पसंद कर ली फोटो तेरी मुंडे वाले ने बधाई वीरे बहुत बहुत मुबारक थोनू तो मेरी गल सुनो हूँ दोवें भैन रल के तैयारी कर लो उन्होंने तो यह आख्या कहते फोटो सू पसंद है अस तो कल देख आवे कुड़ी तो देख के फोटो देख के नहीं उन्हें ना करी इन देख के थोड़ी ना करे हो सकता कल शगन शगन का काम करना पवे मैं बहरों समान समून लेके आना तेरी भाभी रल के ना सारी तैयारी कर लो चंगा ठीक है वीरे क्यों हुण कहनी है वीरे नूं कर लांगे तैयारी चाह तां तैनूं वी हैगा विआह दा अड़िए मैनूं कादा चाह वीरे दा कहना थोड़ी मोड़ सकदी है मैं तैनूं वी पता ही है अच्छा ये दस मिलियां कदे उस मुंडे नूं मिलियां मिली तां मैं कदे वी नहीं देखिया तक नहीं मैं मुंडे नूं हाय रे बा तैनूं फोटो तक नहीं दिखाई हैगी होर यार मैनूं तां ये टेंशन होई जांदी है किते मुंडा मेथों ज़्यादा सोहणा ना होवे फिर मेरा की बणूगा कोई नहीं तेथों वध नहीं सोहणा होणा मैनूं पता है पक्का अच्छा सच आप पार्लर वगैरह चलिए हूँ पार्लर की करन जाना पार्लर होर कल अपनी ये जी शक्ल विखाएंगे कुछ कराता लै ना ना तेनू पता मैं तो आज तक पार्लर नहीं गई हैगी तू जाना जाया ही मैं तो जिवें दी हैगी उम्मीद ही ठीक हाँ मैं जे पसंद आनी होएगी आ जाएंगी नहीं तो ना सी हाँ, मैं तो जाऊँगी अखे पटियाले वाली साली आ फिर मैं तो पक्का जाऊँ मेरी गल सुन हूँ ना जाई वीरे तो गाला खा के बह जाएंगी जाके अंदर भाभी नूं मिला काम कर रहे होणगे कहणगे भी मिलन भी नहीं आई निक्की वैसे गल तो तेरी भी सही है पहले मैं भाभी नूं ही मिलनी है सवेरे चल जाऊंगी हाँ जाके फ्रैश हो जाना ले मैं तेरा बैग अंदर रख दूंगी कोई नहीं लिया मैनू फड़ा दे सत श्री अकाल भाभी सत श्री अकाल होर कि ठीक है तू हाँ जी भाभी मैं बिल्कुल ठीक है तुसी दसो शुक्र है तू आ गई हुणे तेरे वीर नूं फोन आया सीगा मुंडे वालियां दा उन्हां दा ते चा नहीं चक्या जा रहा हाँ भाभी मैनूं दसता सीगा वीरे ने हुणी अच्छा हुण तू दस तू की खाना पीना वा मैं भाभी रोटी ही खा लूंगी तुसी बस खवाओ मैनूं बहुत भुख लगी आ चला मैं बनाऊंगी ਅੱਛਾ ਭੈਣੇ ਆਪਾਂ ਪਾਰਲਰ ਚੱਲਦੇ ਆ ਚਲ ਹੋਰ ਕੁਛ ਤਾਂ ਨਹੀਂ ਕਰਾਣੇ ਕਿ ਹੇਅਰ ਸਟਾਈਲ ਕਰਾਈ ਆ ਨਾ ਨਾ ਭੈਣੇ ਮੈਂ ਨਹੀਂ ਜਾਣਾ ਤੂੰ ਜਾਣਾ ਜਾਇਆ ਤੇ ਛੇਤੀ ਆ ਜੀ ਕਦੇ ਤਾਂ ਮੰਨ ਲਿਆ ਕਰ ਮੇਰੀ ਕੀ ਗੱਲਾਂ ਹੋ ਰਹੀਆਂ ਨੇ ਦੋਨਾਂ ਦੀਆਂ ਭਾਬੀ ਮੈਂ ਤਾਂ ਐ ਕਹਿੰਦੀ ਕੋਈ ਹੇਅਰ ਸਟਾਈਲ ਦਾ ਕਰਾਇਆ ਮੇਕਅਪ ਮੁਕਅਪ ਤਾਂ ਨੇ ਕੁਛ ਕੀਤਾ ਨਹੀਂ ਹੈਗਾ ਇਹਨੂੰ ਮੇਕਅਪ ਦੀ ਵੈਸੇ ਤਾਂ ਦੋਨਾਂ ਨੂੰ ਲੋੜ ਕੋਈ ਨਹੀਂ ਆ ਪਹਿਲੀ ਗੱਲ ਤਾਂ ਇਹ ਕਿ ਮੁੰਡੇ ਵਾਲੇ ਆਉਣ ਵਾਲੇ ਆ ਭਾਬੀ ਮੈਂ ਤਾਂ ਜਾਊਂਗੀ ਤੁਸੀਂ ਰਹਿਣਾ ਰਹਿਣ ਦਿਓ ਉਹਨਾਂ ਮੁੰਡੇ ਵਾਲਿਆਂ ਦਾ ਆਉਣ ਦਾ ਟਾਈਮ ਹੋ ਗਿਆ ਵਾ अपनी मर्जी कर दी पता ते है होर फिर जिदन दा ता कोई फायदा नहीं है भाभी सारी तैयारियां हो गई हां सारी तैयारियां हो गई ते टेंशन जी होई पई है बस चलो मुबारकां जी बहुत 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 सोहने टाइम ते रिश्ता जुड़ गया अपना देखो जी शगन वाला काम हो गया ये देख लो हुण शिंदे भाई जी कोई मंग मंगाई हैगी इन्हां दी हुण दस दो
ਕਿਉਂਕਿ ਵਿਆਹ ਦੇ ਮੌਕੇ ਤੇ ਅਰੇਂਜਮੈਂਟ ਕਰਨਾ ਬਹੁਤ ਔਖਾ ਹੋ ਜਾਂਦਾ। ਹਾਂਜੀ ਹੁਣ ਤਾਂ ਆਪਾਂ ਦੇਖ ਲਓ ਮੂੰਹ ਤੇ ਬੈਠੇ ਆ, ਜੇ ਕੋਈ ਮੰਗ ਹੈਗੀ ਹੁਣ ਦੱਸ ਦਿਓ। ਛੋਟੇ ਵੀਰ ਮੰਗ ਤਾਂ ਆਪਣੀ ਕੋਈ ਨਹੀਂ, ਸਿਆਣੇ ਕਹਿੰਦੇ ਜਿਹਨੇ ਧੀ ਦੇਤੀ ਸਾਰਾ ਕੁਝ ਦੇਤਾ, ਬਸ ਇੰਨਾ ਹੈ ਇਹ ਆਪਣੇ ਘਰ ਦੇ ਵਿੱਚ ਖੁਸ਼ ਰਹਿਣ। ਅਸੀਂ ਤਾਂ ਸ਼ਹਿਰ ਰਹਿੰਦੇ ਹਾਂ, ਪੈਲੀ ਬਣਾ ਬਾਕੀ ਇਹੋ ਵੇਖਦਾ ਹੈ। ਇਹਨਾਂ ਦੀ ਕੁਛ ਨਹੀਂ ਹੈਗਾ। ਸਮਝਦਾ ਸ਼ਿੰਦੇ ਬਾਈ, ਮੇਰੀ ਤੇਰੇ ਡੈਡੀ ਨਾਲ ਵੀ ਗੱਲਬਾਤ ਹੋ ਗਈ ਚੰਗੀ ਤਰ੍ਹਾਂ, ਬਸ ਵਧੀਆ ਸੋਹਣੇ ਵੇਲੇ ਆਹ ਕਰ ਵਿਆਰ ਹੋ ਗਿਆ ਆਪਣਾ। ਹੁਣ ਤੁਸੀਂ ਵਿਆਹ ਦੀ ਡੇਟ ਦਿਓ ਜਲਦੀ, ਆਪਾਂ ਵਿਆਹ ਕੇ ਤੋਰੀਏ ਕੁੜੀ ਨੂੰ। ਵਿਆਹ ਤਾਂ ਬਾਈ ਇੱਦਾਂ ਹੈ। ਔਰ ਨਿੱਕੀ ਵੀ ਆ ਜਾ, ਆ ਜਾ ਨਿੱਕੀ, ਤੂੰ ਤੇ ਬਹੁਤ ਲੇਟ ਹੋ ਗਈ, ਇੱਥੇ ਤੇ ਸ਼ਗਨ ਵੀ ਪੈ ਗਿਆ। ਆ ਦੇਖ ਲੈ ਮੁੰਡਾ। ਬੜੀ ਮਿਹਰਬਾਨੀ ਜੀ, ਸਾਨੂੰ ਵੀ ਬੜੀ ਖੁਸ਼ੀ ਹੈ ਤੁਹਾਡੇ ਪਰਿਵਾਰ ਨਾਲ ਰਿਸ਼ਤਾ ਜੋੜਿਆ। ਸਤਿ ਸ਼੍ਰੀ ਅਕਾਲ ਪੁੱਤ। ਚੰਗਾ ਵੱਡੇ ਭਾਈ, ਅਸੀਂ ਚੱਲਦੇ ਹਾਂ, ਬਾਕੀ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਸ਼ਾਇਦ ਤੁਹਾਨੂੰ ਸ਼ਾਮ ਨੂੰ ਫੋਨ ਕਰ ਦੇਗੇ। ਚਲੋ ਚੰਗੀ ਗੱਲ ਹੈ, ਜਾਓ ਗੇਟ ਤੱਕ ਛੱਡ। ਚਲੋ ਅਸੀਂ ਆ ਜਾਓ। ਸਤਿ ਸ਼੍ਰੀ ਅਕਾਲ, ਅੱਜ ਬਹੁਤ ਵੱਡੀ ਜ਼ਿੰਮੇਵਾਰੀ ਲੈ ਗਈ। ਲੈ ਭਾਈ, ਇਹ ਤਾਂ ਹੁੰਦੀ ਹੈ ਜ਼ਿੰਮੇਵਾਰੀ, ਬੜੀ ਫਿਕਰ ਹੁੰਦੀ ਹੈ ਜੀ ਕੁੜੀਆਂ ਦੀ। ਨਿੱਕੀ ਨਿੱਕੀ ਉਰਿਆ, ਕੀ ਸੋਚਣ ਲੱਗ ਗਈ? ਕੁਛ ਨਹੀਂ ਦੀਦੀ, ਬਸ ਵੈਸੇ। ਵੈਸੇ ਕੀ ਕੀ ਸੋਚਣ ਲੱਗ ਗਈ? ਮੁੰਡਾ ਕਿਵੇਂ ਲੱਗਾ, ਸੋਹਣਾ? ਹਾਂਜੀ ਦੀਦੀ, ਵਧੀਆ ਹੈਗਾ, ਬਹੁਤ ਸੋਹਣਾ। ਅੱਛਾ, ਤੂੰ ਸੋਚਿਆ ਹੋਇਆ ਵੀ ਹਰ ਵਾਰੀ ਤੂੰ ਲੇਟ ਹੀ ਆਉਣਾ, ਇੰਨਾ ਟਾਈਮ ਲਾਤਾ ਤੂੰ ਪਾਰਲਰ 'ਚ? ਵਧੀਆ ਹੀ ਹੋਇਆ ਦੀਦੀ, ਮੈਂ ਲੇਟ ਆ ਗਈ। ਮੇਰਾ ਮਤਲਬ, ਨਹੀਂ ਤਾਂ ਤੁਸੀਂ ਸ਼ਗਨ ਨੂੰ ਲੇਟ ਹੋ ਜਾਣਾ ਸੀਗਾ, ਵਧੀਆ ਹੋਇਆ। ਲੈ ਇਹ ਕੋਈ ਗੱਲ ਆ, ਵੈਸੇ ਆ ਮੁੰਡਾ ਵੀ ਪਟਿਆਲੇ ਪੜ੍ਹਦਾ। ਅੱਛਾ ਦੀਦੀ। ਹਾਂ, ਬਹੁਤ ਚੰਗੀ ਗੱਲ ਆ। ਦੀਦੀ ਮੈਂ ਨਾ ਬਹੁਤ ਥੱਕ ਗਈ, ਕੁਛ ਖਾ ਪੀ ਲਵਾਂ, ਕਦੋਂ ਦੀ ਪਾਰਲਰ ਗਈ ਆਂਗੀ, ਕਾਫੀ ਟਾਈਮ ਹੋ ਗਿਆ। ਚੱਲ ਕੋਈ ਨਾ, ਰੋਟੀ ਬਣਾਈ ਹੋਈ ਆ, ਖਾ ਲਈ। ਠੀਕ ਆ? ਠੀਕ ਆ ਦੀਦੀ। ਮੈਡਮ ਨੂੰ ਭੁੱਖ ਹੀ ਬਹੁਤ ਜ਼ਿਆਦਾ ਲੱਗਦੀ ਆ। ਚੱਲ ਮੈਂ ਵੀ ਕੋਈ ਕੰਮ ਕਾਰ ਕਰ ਲਾ, ਮੈਂ ਤਾਂ ਬਹਿ ਗਈ, ਭਾਬੀ ਕੋਲ ਜਾਂਦੀ ਹਾਂ। ਲਾਡੀ ਸੱਚੀ, ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ। ਕਿੰਨਾ ਪਿਆਰ ਕੀਤਾ ਸੀ ਤੈਨੂੰ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਮੀ ਕੀ ਸੀ ਮੇਰੇ ਪਿਆਰ 'ਚ, ਜਿਹੜਾ ਤੂੰ ਇਹ ਸਭ ਕੁਛ ਕੀਤਾ, ਉਹ ਵੀ ਮੇਰੀ ਭੈਣ ਨਾਲ ਹੀ। ਸ਼ਾਇਦ ਤੈਨੂੰ ਕਦੇ ਨਹੀਂ ਮਾਫ਼ ਕਰ ਸਕਦੀ, ਇਸ ਲਈ ਮੇਰਾ ਦਿਲ ਤੋੜਦਾ ਤੂੰ। ਮੇਰੀ ਗੱਲ ਸੁਣ ਨਿੱਕੀ। ਹਾਂਜੀ ਦੀਦੀ। ਤੂੰ ਪਟਿਆਲੇ ਤੋਂ ਆਈ ਆ, ਠੀਕ ਆ, ਮੈਨੂੰ ਵਧੀਆ ਵਧੀਆ ਜਿਹੇ ਸੂਟ ਦਵਾ ਦੀ, ਦੇਖਦੇ ਤੇਰੀ ਅੱਜ ਚੋਇਸ ਕਿਵੇਂ ਦੀ ਹੈ। ਕਿਤੇ ਤੂੰ ਉੱਥੇ ਮੇਰੀ ਬੇਇੱਜ਼ਤੀ ਨਾ ਕਰਵਾਤੀ ਵੀ ਭੈਣ ਨੂੰ ਕੱਪੜੇ ਪਾਉਣ ਦੀ ਅਕਲ ਹੀ ਨਹੀਂ ਹੈ। ਕੋਈ ਗੱਲ ਨਹੀਂ ਦੀਦੀ, ਪਰ ਮੇਰੀ ਕੀ ਪਸੰਦ, ਜਿਹੜੀ ਤੁਹਾਨੂੰ ਪਸੰਦ ਹੋਏ ਤੁਸੀਂ ਲੈ ਲਿਓ। ਲੈ ਤੂੰ ਵੀ ਤਾਂ ਦੱਸ ਹੀ ਸਕਦੀ ਹੈ ਮੈਨੂੰ ਕਿਹੜੇ ਸੋਹਣੇ ਸੋਹਣੇ ਸੂਟ ਨੇ। ਚੱਲ ਕੋਈ ਨਹੀਂ ਦੀਦੀ, ਮੈਂ ਤੇਰੀ ਚੋਇਸ ਕਰਨ 'ਚ ਹੈਲਪ ਕਰਾ ਦੂੰਗੀ। ਅਤੇ ਮੇਰੀ ਗੱਲ ਸੁਣ, ਪਹਿਲੇ ਤਾਂ ਤੂੰ ਇੰਨੀ ਖੁਸ਼ ਰਹਿੰਦੀ ਸੀ ਵੀ ਹਾਂ ਦੀਦੀ ਦਾ ਵਿਆਹ ਹੈ, ਮੈਂ ਆਹ ਕਰਾਂਗੀ, ਵਾਹ ਕਰਾਂਗੀ। ਹੁਣ ਕਮਲੀ ਜੀ ਨੇ ਐਵੇਂ ਜਿਹੀ ਮੂੰਹ ਕਰਿਆ ਹੋਇਆ, ਕੀ ਗੱਲ? ਨਹੀਂ ਦੀਦੀ, ਤੁਹਾਨੂੰ ਬਸ ਐਵੇਂ ਹੀ ਲੱਗਦਾ ਹੈਗਾ, ਮੈਨੂੰ ਤਾਂ ਬਹੁਤ ਚਾਹਿਆ ਤੁਹਾਡੇ ਵਿਆਹ ਦਾ। ਆਹੋ ਮੈਨੂੰ ਪਤਾ ਆ, ਕੋਈ ਨਾ ਤੈਨੂੰ 2 ਦਿਨਾਂ ਲਈ ਬੁਲਾਇਆ ਉਰੇ ਮੈਂ, ਪਟਿਆਲੇ ਚੱਲ ਜੀ ਵਾਪਸ, ਮੈਨੂੰ ਪਤਾ ਕਾਹਨੂੰ ਮੂਡ ਖਰਾਬ ਹੈ ਤੇਰਾ। ਆ ਜਾ ਉਰੇ ਖੜ ਜਾ 2 ਮਿੰਟ, ਫਿਰ ਚੱਲਦੇ ਆਪਾਂ ਸ਼ੋਪਿੰਗ ਕਰਨ। ਪਰ ਇੱਥੇ ਕਾਹਤੋਂ ਦੀਦੀ? ਓਹੋ ਮੈਂ ਤੈਨੂੰ ਦੱਸਿਆ ਹੀ ਨਹੀਂ ਹੈਗਾ, ਲਾਡੀ ਆਉਣ ਵਾਲਾ, ਮੈਂ ਉਹਨੂੰ ਬੁਲਾਇਆ ਸੀਗਾ ਵੀ ਮਿਲ ਕੇ ਸ਼ੋਪਿੰਗ ਕਰ ਲਵਾਂਗੇ। ਪਰ ਦੀਦੀ ਲਾਡੀ ਨੂੰ ਕਿਉਂ ਇੱਥੇ? ਓਹੋ ਮੈਂ ਫਿਰ ਇਕੱਲੀ ਆਉਂਦੀ, ਫਿਰ ਕੀ ਹੋਇਆ, ਉਹ ਆ ਜਾਣਗੇ ਤੇ ਆਪਣੇ ਮਨਪਸੰਦ ਦੀ ਸ਼ੋਪਿੰਗ ਕਰਵਾ ਦੇਣਗੇ ਉਹ। ਫਿਰ ਦੀਦੀ ਤੁਸੀਂ ਲਾਡੀ ਨਾਲ ਹੀ ਚੱਲ ਜਾਣਾ ਸੀ, ਮੈਨੂੰ ਕਾਹਤੋਂ ਲੈ ਕੇ ਆਏ? ਕੋਈ ਨਾ ਤੂੰ ਬਸ ਚੁੱਪ ਕਰਕੇ ਨਾ ਖੜੀ ਰਹਿ। ਲੈ ਉਹ ਆ ਰਿਹਾ ਲਾਡੀ, ਆਏ ਆਪਾਂ ਬਾਗ ਚੱਲਦੇ ਹਾਂ। ਆ ਗਏ ਤੁਸੀਂ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ? ਹਾਂਜੀ ਠੀਕ ਠਾਕ। ਇਹ ਮੇਰੀ ਭੈਣ ਨਿੱਕੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਸ ਟਾਈਮ ਤਾਂ ਗੱਲਾਂ ਬਾਤਾਂ ਕਰਨ ਦਾ ਟਾਈਮ ਹੀ ਨਹੀਂ ਮਿਲਿਆ, ਮੈਂ ਸੋਚਿਆ ਅੱਜ ਆਪਾਂ ਮਿਲ ਵੀ ਲਈਏ ਤੇ ਇੰਟਰੋਡਿਊਸ ਵੀ ਕਰਵਾ ਦਾਂ ਮੈਂ। ਤੇ ਤੁਸੀਂ ਵੀ ਪਟਿਆਲੇ ਪੜ੍ਹਦੇ ਹੋ ਨਾ? ਹਾਂਜੀ ਹਾਂਜੀ। ਨਿੱਕੀ ਤੂੰ ਵੀ ਪਟਿਆਲੇ ਪੜ੍ਹਦੀ ਆ, ਪਰ ਤੁਸੀਂ ਆਪਸ ਵਿੱਚ ਕਦੇ ਮਿਲੇ ਨਹੀਂ? ਨਹੀਂ ਦੀਦੀ, ਮੈਂ ਤਾਂ ਜਾਣਦੀ ਆ ਇਹਨਾਂ ਨੂੰ, ਸ਼ਾਇਦ ਇਹ ਭੁੱਲ ਗਏ ਹੋਣੇ। ਨਿੱਕੀ ਕੀ ਮਤਲਬ ਹੈ ਤੇਰਾ? ਮਤਲਬ ਤਾਂ ਕੀ ਹੋਣਾ ਜੀ, ਪਟਿਆਲੇ ਪੜ੍ਹਦੇ ਆ ਕਦੇ ਲੰਘਦੇ ਡੱਬਦੇ ਦੇਖਿਆ ਹੋਣਾ, ਹੋਰ ਤਾਂ ਕਦੀ ਜਾਣ ਪਛਾਣ ਹੈ ਸਾਡੀ। ਅੱਛਾ ਅੱਛਾ ਠੀਕ ਹੈ, ਆ ਆਪਾਂ ਕਰੀਏ ਸ਼ਾਪਿੰਗ। ਹਾਂਜੀ ਆ ਜਾ ਨਿੱਕੀ। ਮੇਰੀ ਗੱਲ ਸੁਣ ਨਿੱਕੀ। ਯਾਰ ਬਸ ਕਰ ਲਾਡੀ, ਹੁਣ ਦੱਸ
ਜੋ ਹੋ ਗਿਆ ਸੋ ਹੋ ਗਿਆ ਸਾਡੀ ਜੇ ਛੱਡਣਾ ਹੀ ਸੀ ਨਾ ਤਾਂ ਐ ਵੀ ਕਹਿ ਦਿੰਦਾ ਤੈਨੂੰ ਮੇਰੀ ਭੈਣ ਮਿਲੀ ਸੀ ਮੈਨੂੰ ਨਹੀਂ ਪਤਾ ਸੀ ਨਿੱਕੀ ਉਹ ਤੇਰੀ ਭੈਣ ਹੈ ਦੇਖ ਲਾਟੀ ਮੈਂ ਤੇਰੇ ਨਾਲ ਵੈਸੇ ਆਪਣੇ ਰਿਸ਼ਤੇ ਦੀ ਗੱਲ ਨਹੀਂ ਕਰਨਾ ਹੀ ਜੋ ਹੋ ਗਿਆ ਹੁਣ ਤਾਂ ਮੈਂ ਬਦਲ ਵੀ ਨਹੀਂ ਸਕਦੀ ਤੂੰ ਬਸ ਹੁਣ ਮੇਰੀ ਭੈਣ ਨਾਲ ਹੀ ਖੁਸ਼ ਰਹੀ ਉਹਦੀ ਜ਼ਿੰਦਗੀ ਨਾ ਖਰਾਬ ਕਰਦੀ ਮੇਰੇ ਵਾਂਗੂ ਬਸ ਆਹੀ ਰਿਕੁਐਸਟ ਕਰਨ ਆਈ ਹਾਂ ਦੇਖ ਨਿੱਕੀ ਹੋ ਸਕਿਆ ਤਾਂ ਮੈਨੂੰ ਮਾਫ਼ ਕਰ ਦੀ ਯਾਰ ਮੈਂ ਲਾਟੀ ਤੂੰ ਮੈਨੂੰ ਮਾਫ਼ ਕਰ ਹੁਣ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦੀ ਜਿਸ ਜੀ ਤੂੰ ਗਲਤੀ ਕੀਤੀ ਹੈ ਨਾ ਮੇਰਾ ਵਿਸ਼ਵਾਸ ਤੋੜਿਆ ਤੂੰ ਕਿੰਨੇ ਸਾਲ ਦਾ ਰਿਲੇਸ਼ਨ ਸੀ ਇੱਕ ਮਿੰਟ 'ਚ ਟੁੱਟ ਗਿਆ ਤੂੰ ਬਸ ਹੁਣ ਆਪਦਾ ਰਹਿ ਖੁਸ਼ ਜਿਵੇਂ ਰਹਿਣਾ ਮੇਰੀ ਭੈਣ ਨੂੰ ਨਾ ਇੱਕ ਵੀ ਤਕਲੀਫ ਹੋਵੇ ਇਹ ਮੇਰੇ ਤੋਂ ਬੁਰਾ ਕੋਈ ਨਹੀਂ ਗੱਲ ਦੱਸੋ ਜੀ ਤੁਸੀਂ ਪਟਿਆਲੇ ਪੜ੍ਹਦੇ ਸੀ ਪਟਿਆਲੇ ਰਹਿੰਦੇ ਸੀ ਫਿਰ ਤੁਸੀਂ ਇਕੱਲੇ ਪਿੰਡ 'ਚ ਕਿਉਂ ਰਹਿੰਦੇ ਹੋ ਤੁਹਾਡੀ ਸਾਰੀ ਫੈਮਿਲੀ ਤਾਂ ਉੱਥੇ ਸ਼ਹਿਰ 'ਚ ਰਹਿੰਦੀ ਆ ਯਾਰ ਮੇਰਾ ਸੁਭਾਅ ਨਾ ਥੋੜ੍ਹਾ ਜਿਹਾ ਘਰਦਿਆਂ ਤੋਂ ਵੱਖਰੀ ਰਿਹਾ ਅਸਲ 'ਚ ਮੈਨੂੰ ਨਾ ਸ਼ਹਿਰ ਦੇ ਰੌਲੇ ਰੱਪੇ ਤੋਂ ਥੋੜ੍ਹਾ ਦੂਰ ਰਹਿਣਾ ਪਸੰਦ ਹੈ ਇੱਥੇ ਪਿੰਡ 'ਚ ਥੋੜ੍ਹੀ ਜਿਹੀ ਸ਼ਾਂਤੀ ਹੈ ਅਤੇ ਵੈਸੇ ਵੀ ਉੱਥੋਂ ਮੇਰਾ ਜੀਜਾ ਉੱਕਿਆ ਯਾਰ ਤਾਂ ਕਰਕੇ ਸੋਚਿਆ ਹੁਣ ਪਿੰਡ 'ਚ ਹੀ ਰਹਿਣਾ ਅੱਛਾ ਉੱਥੇ ਤਾਂ ਫਿਰ ਤੁਹਾਨੂੰ ਕਾਫੀ ਕੁੜੀਆਂ ਮਿਲੀਆਂ ਹੋਣੀਆਂ ਪਰ ਕੋਈ ਪਸੰਦ ਨਹੀਂ ਆਈ ਕੁੜੀ ਇਦਾਂ ਦੀ ਕੋਈ ਗੱਲ ਨਹੀਂ ਉੱਥੇ ਬਸ ਪੜ੍ਹਨ 'ਚ ਧਿਆਨ ਸੀ ਤਾਂ ਕਰਕੇ ਇੱਧਰ ਉੱਧਰ ਧਿਆਨ ਹੀ ਨਹੀਂ ਦਿੱਤਾ ਅਤੇ ਹੁਣ ਤੂੰ ਮਿਲ ਗਈ ਤਾਂ ਬਹੁਤ ਹੈ ਨਾ ਉਹ ਤਾਂ ਗੱਲ ਠੀਕ ਹੈ ਜੀ ਤੁਹਾਡੀ ਪਰ ਮੈਂ ਤੁਹਾਨੂੰ ਕਿਵੇਂ ਪਸੰਦ ਆ ਗਈ ਮੇਰੇ 'ਚ ਤਾਂ ਐਡੀ ਕੋਈ ਖਾਸ ਗੱਲ ਵੀ ਨਹੀਂ ਆ ਅਜੇ ਸਵਾਲ ਦਾ ਕੀ ਮਤਲਬ ਨਹੀਂ ਜੀ ਮੇਰਾ ਮਤਲਬ ਇਹ ਹੈ ਕਿ ਮੈਂ ਇੰਨੀ ਪੜ੍ਹੀ ਲਿਖੀ ਨਹੀਂ ਹਾਂ ਤੁਸੀਂ ਤਾਂ ਬਹੁਤ ਜ਼ਿਆਦਾ ਪੜ੍ਹੇ ਹੋ ਤਾਂ ਕਰਕੇ ਮੈਂ ਇਹ ਸਵਾਲ ਪੁੱਛਿਆ ਦੇਖ ਯਾਰ ਜਿਵੇਂ ਮੈਂ ਤੈਨੂੰ ਪਹਿਲਾਂ ਦੱਸਿਆ ਮੈਨੂੰ ਸਾਦਗੀ ਜੀ ਪਸੰਦ ਹੈ ਅਤੇ ਤੇਰੇ 'ਚ ਉਹ ਸਾਰੀਆਂ ਖੂਬੀਆਂ ਨੇ ਜਿਹੜੀਆਂ ਮੈਨੂੰ ਆਪਣੀ ਘਰਵਾਲੀ 'ਚ ਚਾਹੀਦੀਆਂ ਸੀ ਬਾਕੀ ਜਿਹੜੀ ਖੂਬਸੂਰਤੀ ਸਾਦਗੀ 'ਚ ਹੈ ਨਾ ਉਹ ਸ਼ਹਿਰ ਦੀ ਚਮਕ ਤਮਕ 'ਚ ਕਿੱਥੇ ਹੈ ਅੱਛਾ ਜੀ ਚਲੋ ਮੰਨ ਲੈਂਦੇ ਹਾਂ ਮੰਨਣੀ ਪੈਣਾ ਹੁਣ ਤੁਹਾਡੀ ਜ਼ਿੰਦਗੀ 'ਚ ਮੈਂ ਆ ਗਈ ਨਾ ਤੁਹਾਨੂੰ ਕਿਸੇ ਵੀ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਨੂੰ ਪੂਰਾ ਵਿਸ਼ਵਾਸ ਹੈ ਆਪਾਂ ਦੋਨੋਂ ਹਮੇਸ਼ਾ ਖੁਸ਼ ਰਹਾਂਗੇ ਮੈਂ ਵੀ ਤੇਰਾ ਪੂਰਾ ਖਿਆਲ ਰੱਖੂੰਗਾ ਚਲੋ ਗੱਲਾਂ ਗੱਲਾਂ 'ਚ ਮੈਂ ਭੁੱਲ ਹੀ ਗਈ ਚਾਹ ਬਣਾਉਣੀ ਸੀਗੀ ਮੈਂ ਬਣਾਓ ਹਾਂਜੀ ਦੀਦੀ ਕਿਵੇਂ ਨਿੱਕੀ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਮੈਂ ਤਾਂ ਵਧੀਆ ਕੀ ਗੱਲ ਤੂੰ ਤਾਂ ਮੈਨੂੰ ਭੁੱਲ ਹੀ ਗਈ ਜਦੋਂ ਦਾ ਮੇਰਾ ਵਿਆਹ ਹੋਇਆ ਤੂੰ ਤਾਂ ਮੈਨੂੰ ਮਿਲਣ ਵੀ ਨਹੀਂ ਆਈ ਨਹੀਂ ਨਹੀਂ ਦੀਦੀ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਬਸ ਪੜ੍ਹਾਈ ਕਰਕੇ ਥੋੜਾ ਬਿਜ਼ੀ ਰਹਿਣੀ ਆ ਨਿੱਕੀ ਇਹੋ ਜੀ ਵੀ ਕੀ ਪੜ੍ਹਾਈ ਹੈ ਤੇਰੀ ਜਿਹੜਾ ਤੂੰ ਆਪਣੀ ਭੈਣ ਨੂੰ ਹੀ ਭੁੱਲੀ ਜਾਂਦੀ ਆ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਇੱਕ ਮੇਰੀ ਗੱਲ ਸੁਣ ਤੂੰ ਇੱਕ ਅੱਧਾ ਦਿਨ ਮੇਰੇ ਕੋਲ ਲਾ ਜਾ ਠੀਕ ਆ ਕਿਹਦੇ ਨਹੀਂ ਤੇਰੀ ਪੜ੍ਹਾਈ ਰੁਕਦੀ ਕੋਈ ਨਹੀਂ ਤੁਸੀਂ ਭਾਬੀ ਨਾਲ ਗੱਲ ਕਰ ਲਓ ਭਾਬੀ ਕਰਦੀ ਸੀ ਦੀਦੀ ਦਾ ਫੋਨ ਹੈਗਾ ਗੱਲ ਕਰ ਲਓ ਮੈਂ ਕਰਾ ਦੇ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਹੋਰ ਲਾਡੋ ਤੇਰਾ ਕੀ ਹਾਲ ਚਾਲ ਹੈ ਮੈਂ ਤਾਂ ਭਾਬੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਦਿਲ ਦੁਲ ਲੱਗਿਆ ਵਧੀਆ ਹਾਂਜੀ ਦਿਲ ਤਾਂ ਮੇਰਾ ਲੱਗ ਗਿਆ ਤੁਸੀਂ ਐਂ ਕਰੋ ਭਾਬੀ ਨਿੱਕੀ ਨੂੰ ਮੇਰੇ ਕੋਲ ਇੱਕ ਅੱਧੇ ਦਿਨ ਤੱਕ ਭੇਜ ਦਿੰਦੇ ਮੇਰੇ ਜੀਜਾ ਨਾ ਇਹਦੇ ਬਿਨਾਂ ਲੜਦਾ ਨਹੀਂ ਹੈਗਾ ਇਹਦੀ ਪਤਾ ਨਹੀਂ ਕਿਹੜੀ ਇਹੋ ਜਿਹੀ ਪੜ੍ਹਾਈ ਹੈ ਜਿਹੜੀ ਆਪਣੀ ਭੈਣ ਨੂੰ ਭੁੱਲੀ ਜਾਂਦੀ ਹੈ ਚੱਲ ਤੇਰਾ ਬਾਈ ਆਉਂਦਾ ਫਿਰ ਮੈਂ ਗੱਲ ਕਰਕੇ ਭੇਜਦੀ ਹਾਂ ਠੀਕ ਆ ਭਾਬੀ ਚੰਗਾ ਚੰਗਾ ਭਾਬੀ ਮੈਂ ਪੜ੍ਹਦੀ ਹਾਂ ਪਹਿਲੇ ਮੈਨੂੰ ਇੱਕ ਗੱਲ ਦੱਸ ਕੀ ਗੱਲ ਹੋਈ ਹੈ ਕਿਉਂ ਭਾਬੀ ਕੀ ਹੋ ਗਿਆ ਕੀ ਗੱਲ ਤੇਰਾ ਲਾਡੋ ਬਿਨਾਂ ਦਿਲ ਨਹੀਂ ਲੱਗਦਾ ਨਹੀਂ ਭਾਬੀ ਪਰ ਤੁਸੀਂ ਇਹ ਜੀ ਗੱਲਾਂ ਕਾਹਤੋਂ ਕਰੀ ਜਾਂਦੇ ਹੋ ਕਿਉਂਕਿ ਜਦੋਂ ਦਾ ਲਾਡੋ ਦਾ ਵਿਆਹ ਹੋਇਆ ਨਾ ਤੂੰ ਬਹੁਤ ਉਦਾਸ ਜੀ ਰਹਿਣ ਲੱਗ ਗਈ ਹੈ ਨਾ ਤਾਂ ਤੂੰ ਕਿਤੇ ਜਾਨੀ ਆਉਂਦੀ ਆ ਨਹੀਂ ਭਾਬੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਬਸ ਊਂ ਹੀ ਲੱਗੀ ਜਾਂਦਾ ਐਵੇਂ ਮੈਂ ਤਾਂ ਬਿਲਕੁਲ ਠੀਕ ਹਾਂ ਜਿਹੜੀ ਕੁੜੀ ਪਹਿਲੇ ਘਰੇ ਨਹੀਂ ਸੀ ਰਹਿੰਦੀ ਉਹ ਘਰੋਂ ਬਾਹਰ ਹੀ ਨਹੀਂ ਕਿਤੇ ਜਾਂਦੀ ਉਹ ਤਾਂ ਵੈਸੇ ਹੀ ਭਾਬੀ ਮੇਰਾ ਬਸ ਜੀ ਨਹੀਂ ਕਰਦਾ ਹੈਗਾ ਬਾਹਰ ਰਹਿਣ ਨੂੰ ਘਰੇ ਇੰਨੇ ਟਾਈਮ ਬਾਅਦ ਆਈ ਆ ਨਾ ਬਸ ਘਰੇ ਹੀ ਜੀ ਲੱਗਦਾ ਰਹਿੰਦਾ ਕੋਈ ਨਹੀਂ ਮੈਂ ਪੜ੍ਹਦੀ ਆਂਗੀ ਮੇਰਾ ਫਿਰ ਟੈਸਟ ਹੈ ਕੱਲ੍ਹ ਨੂੰ ਮੈਂ ਤਿਆਰੀ ਕਰ ਤੂੰ ਲਾਡੋ ਕੋਲ ਜਾਇਆ ਤੇਰਾ ਮਨ ਵੀ ਕੁਛ ਹੋਰ ਹੋ ਜਾਏਗਾ ਨਾਲ ਇਸੇ ਬਹਾਨੇ ਦੋਨੋਂ ਭੈਣਾਂ ਮਿਲ ਕੇ ਗੱਲਬਾਤ ਕਰ ਲਵਾਂਗੀਆਂ ਨਹੀਂ ਨਹੀਂ ਭਾਬੀ ਮੇਰੇ ਹਲੇ ਪੇਪਰ ਚੱਲਦੇ ਨੇਗੇ ਮੈਂ ਫਿਰ ਦੇਖੂੰਗੀ ਤੁਸੀਂ ਕੋਈ ਨਹੀਂ ਕੰਮ ਕਰ ਲਓ ਮੈਂ ਪੜ੍ਹ ਲਵਾਂ ਚੰਗਾ Thank you.
ਕੀ ਹੋਇਆ ਮਨਪ੍ਰੀਤ ਕਿਵੇਂ ਸਿਰ ਜਾ ਫੜ ਰੱਖਿਆ ਕੁਛ ਨਹੀਂ ਜੀ ਮੈਨੂੰ ਨਾ ਘਬਰਾਹਟ ਜੀ ਹੋਈ ਜਾਂਦੀ ਹੈ ਤੇ ਕੱਲ ਦੇ ਚੱਕਰ ਬਹੁਤ ਆ ਰਹੇ ਨੇ ਕੱਲ ਦੀ ਤੈਨੂੰ ਘਬਰਾਹਟ ਹੋਈ ਜਾਂਦੀ ਤੂੰ ਦੱਸਿਆ ਕਿਉਂ ਨਹੀਂ ਜੀ ਮੈਨੂੰ ਐਵੇਂ ਸੀ ਵੀ ਆਪਣੇ ਆਪ ਠੀਕ ਹੋ ਜਾਣਗੇ ਪਰ ਅੱਜ ਜ਼ਿਆਦਾ ਹੀ ਕੁਛ ਤਬੀਅਤ ਖਰਾਬ ਹੋਈ ਜਾਂਦੀ ਹੈ ਚੱਲ ਤੂੰ ਛੱਡ ਸਾਰੇ ਕੰਮ ਕਰ ਹੁੰਦੇ ਰਹਿਣਗੇ ਆਪਾਂ ਡਾਕਟਰ ਦੇ ਚੱਲਦੇ ਚੈੱਕ ਕਰਵਾ ਕੇ ਆਉਂਦੇ ਹਾਂ ਠੀਕ ਹੈ ਜੀ ਬੈਠ ਮਨਪ੍ਰੀਤ ਤੈਨੂੰ ਪਤਾ ਨਹੀਂ ਤੈਂ ਮੈਨੂੰ ਕਿੱਡੀ ਵੱਡੀ ਖੁਸ਼ੀ ਦਿੱਤੀ ਹੈ ਆਪਣੇ ਘਰਦਿਆਂ ਨੂੰ ਫੋਨ ਲਾ ਕੇ ਦੱਸ ਦੇ ਅਤੇ ਨਾਲੇ ਮੈਂ ਸੋਚਦਾ ਤੂੰ ਨਿੱਕੀ ਨੂੰ ਫੋਨ ਕਰ ਲੈ ਥੋੜ੍ਹੇ ਦਿਨਾਂ ਲਈ ਉਹ ਆ ਜਾਂਦੀ ਮੈਂ ਤੇਰਾ ਧਿਆਨ ਰੱਖਦੀ ਮੈਂ ਕਿਸੇ ਨੂੰ ਫੋਨ ਨਹੀਂ ਕਰਨਾ ਜਦੋਂ ਵੀ ਮੈਂ ਨਿੱਕੀ ਨੂੰ ਫੋਨ ਲਾਇਆ ਉਹਦਾ ਬਸ ਇੱਕੋ ਹੀ ਜਵਾਬ ਹੁੰਦਾ ਦੀਦੀ ਮੇਰਾ ਮਨ ਨਹੀਂ ਕਰਦਾ ਆਉਣ ਨੂੰ ਹੁਣ ਦੱਸੋ ਮੈਂ ਕੀ ਕਰਾਂ ਚੱਲ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਹੋਰ ਪੁੱਛ ਕੇ ਦੇਖ ਲਈ ਬਾਕੀ ਮੈਂ ਤਾਂ ਹੈਗੀ ਹਾਂ ਤੇਰਾ ਧਿਆਨ ਰੱਖਣ ਲਈ ਬਸ ਜੀ ਤੁਸੀਂ ਹੈਗੇ ਹੋ ਮੈਨੂੰ ਲੋੜ ਨਹੀਂ ਹੈਗੀ ਹੋਰ ਕਿਸੇ ਦੀ ਜਦੋਂ ਅਗਲੀ ਨੂੰ ਨਹੀਂ ਪਰਵਾਹ ਹੈਗੀ ਮੈਨੂੰ ਕੀ ਲੋੜ ਹੈ ਫਿਰ ਗੱਲ ਕਰਨ ਦੀ ਚੱਲ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਐਸਾ ਹਾਲ 'ਚ ਤਾਂ ਗੁੱਸਾ ਨਹੀਂ ਕਰਦੇ ਹੁੰਦੇ ਬਾਕੀ ਹੁਣ ਕੰਮ ਕਰਨੀ ਬਹੁਤਾ ਕਰਨਾ ਮੈਂ ਆਪੇ ਕਰ ਲੂੰ ਤੂੰ ਰੈਸਟ ਕਰਿਆ ਕਰ ਜੀ ਤੁਸੀਂ ਇਕੱਲੇ ਕਿਵੇਂ ਕਰੋਗੇ ਆਏ ਮੈਂ ਆਪੇ ਕਰ ਲੂੰ ਤੂੰ ਹੁਣ ਵੀ ਪੈ ਜਾ ਠੀਕ ਹੈ ਮੈਂ ਆਪੇ ਕਰ ਲੂੰ ਕੰਮ ਕਰ ਠੀਕ ਹੈ ਜੀ ਕੁਛ ਨਹੀਂ ਬਸ ਮੈਂ ਬਾਬੀ ਫੋਨ ਛੱਜ ਲਈ ਜਾਂਦੀ ਸੀ ਪੁੱਤ ਕਿੰਨਾ ਚਿਰ ਹੋ ਗਿਆ ਲਾਡੋ ਨੂੰ ਵਿਆਹੀ ਨੂੰ ਕਿੰਨੇ ਮਹੀਨੇ ਹੋ ਗਏ ਆ ਕਿੰਨਾ ਚਿਰ ਇੱਦਾਂ ਚੱਲੂਗਾ ਮੈਂ ਤਾਂ ਕਹਿੰਦੀ ਹਾਂ ਤੂੰ ਐਡਮਿਸ਼ਨ ਲੈ ਲੈ ਦੁਬਾਰਾ ਅੱਗੋਂ ਪੜ੍ਹਾਈ ਆਪਣੀ ਸ਼ੁਰੂ ਕਰ ਦੇ ਕੋਈ ਗੱਲ ਨਹੀਂ ਭਾਬੀ ਮੈਂ ਬਸ ਪਟਿਆਲੇ ਜਾਊਂਗੀ ਹੁਣ ਜਦ ਦੋ ਕੁ ਦਿਨ 'ਚ ਫਿਰ ਮੈਂ ਕਰਾਇਆਂਗੀ ਐਡਮਿਸ਼ਨ ਕਿੰਨਾ ਚਿਰ ਹੋ ਗਿਆ ਤੇਰੇ ਮੈਂ ਇਹੀ ਬਹਾਨੇ ਸੁਣ ਲਈ ਕੋਈ ਨਹੀਂ ਭਾਬੀ ਮੈਂ ਆਪੇ ਕਰਾ ਦੂੰਗੀ ਐਡਮਿਸ਼ਨ ਤੁਸੀਂ ਫਿਕਰ ਨਾ ਕਰੋ ਅੱਛਾ ਤੇ ਲਾਡੋ ਦਾ ਕੋਈ ਫੋਨ ਫੋਨ ਆਇਆ ਨਹੀਂ ਭਾਬੀ ਦੀਦੀ ਦਾ ਤਾਂ ਕੋਈ ਫੋਨ ਨਹੀਂ ਆਇਆ ਨਾ ਮੈਂ ਕੀਤਾ ਸੀ ਚੱਲ ਫੋਨ ਦੇ ਮੇਰੀ ਗੱਲ ਕਰਾ ਜਰਾ ਕੋਈ ਨਹੀਂ ਕਰ ਲਓ ਤੁਸੀਂ ਲਾ ਦੇ ਉਹਦਾ ਨੰਬਰ ਲਾ ਦੇ ਹੈਲੋ ਹਾਂ ਲਾਡੋ ਕੀ ਹਾਲ ਹੈ ਤੇਰਾ ਤੂੰ ਤਾਂ ਸਾਨੂੰ ਉੱਥੇ ਜਾ ਕੇ ਭੁੱਲ ਹੀ ਗਈ ਹੈ ਬੜੇ ਦਿਨ ਹੋ ਗਏ ਤੇਰਾ ਫੋਨ ਨਹੀਂ ਆਇਆ ਬਸ ਭਾਬੀ ਫੋਨ ਕਰਨ ਦਾ ਕੀ ਫਾਇਦਾ ਜਦੋਂ ਮੇਰੀ ਕਿਸੇ ਨੇ ਗੱਲ ਹੀ ਨਹੀਂ ਮੰਨੀ ਮੈਂ ਨਿੱਕੀ ਨੂੰ ਕਿੰਨੀ ਵਾਰੀ ਫੋਨ ਲਾਇਆ ਵੀ ਆ ਕੇ ਮੈਨੂੰ ਮਿਲ ਜਾ ਪਰ ਕੀ ਕਰਾਂ ਮਹਾਰਾਣੀ ਦਾ ਦਿਲ ਹੀ ਨਹੀਂ ਕਰਦਾ ਮੇਰੇ ਕੋਲ ਆਉਣ ਲਈ ਵੈਸੇ ਹੁਣ ਤਾਂ ਮੈਨੂੰ ਤੁਹਾਡੀ ਉਹ ਲੋੜ ਆ ਮੈਂ ਮਾਂ ਬਣਨ ਵਾਲੀ ਹਾਂ ਅਤੇ ਹੁਣ ਜਦੋਂ ਔਖੇ ਵੇਲੇ ਨਹੀਂ ਮੇਰੇ ਕੰਮ ਆਉਂਦੇ ਹੋਰ ਤੁਸੀਂ ਕਦੋਂ ਆਉਂਗੇ ਮੈਂ ਤਾਂ ਕਹਿਣਾ ਵੀ ਛੱਡਤਾ ਕੋਈ ਨਹੀਂ ਮੈਂ ਤੇਰੇ ਬਾਈ ਨਾਲ ਗੱਲ ਕਰਦੀ ਹਾਂ ਭੇਜਦੀ ਹਾਂ ਮੈਨੂੰ ਚਲੋ ਠੀਕ ਆ ਭਾਬੀ ਕੋਈ ਨਾ ਤੁਸੀਂ ਵੀਰੇ ਨਾਲ ਗੱਲ ਕਰਕੇ ਮੈਨੂੰ ਦੱਸ ਦਿਓ ਜਿਵੇਂ ਵੀ ਹੋਇਆ ਚੰਗਾ ਜਵਾਕ ਹੋਣ ਵਾਲਾ ਵਾ ਤੇ ਇਹਨੇ ਆਪਾਂ ਨੂੰ ਕੁਛ ਦੱਸਦੀ ਨੀ ਜਾਣ ਦਾ ਨਾ ਹੀ ਨੀ ਲੈਂਦੀ ਉੱਥੇ ਨਿੱਕੀ ਆ ਕੀ ਕਹਿੰਦੀ ਤੇਰੀ ਭਾਬੀ ਮੇਰੇ ਮੇਰਾ ਜਾਣ ਦਾ ਸੱਚੀ ਜੀ ਨਹੀਂ ਹੈਗਾ ਫਿਰ ਮੈਂ ਕਿਵੇਂ ਆਪਣੇ ਮਾਂਜਾ ਮਾਰ ਕੇ ਜਾਵਾਂ ਮਨ ਨਾਲ ਲਈ ਹੁੰਦੀ ਗੱਲ ਹੁਣ ਉਹਨੂੰ ਲੋੜ ਹੈ ਆਪਣੀ ਜੇ ਆਪਾਂ ਨਹੀਂ ਉਹਦੇ ਕੰਮ ਆਵਾਂਗੇ ਤਾਂ ਫਿਰ ਕੌਣ ਆਊਗਾ ਮੈਂ ਤਾਂ ਕਹਿੰਦੀ ਹਾਂ ਇੱਕ ਵਾਰੀ ਤੁਸੀਂ ਲਾਡੋ ਨਾਲ ਫੋਨ ਤੇ ਗੱਲ ਕਰ ਲਓ ਤੇ ਗੱਲ ਕਰਕੇ ਇਹਨੂੰ ਛੱਡ ਹੀ ਆਓ ਉੱਥੇ ਕੋਈ ਨਹੀਂ ਮੈਂ ਕਰ ਦਾਂਗਾ ਅੱਜ ਤਾਂ ਨਹੀਂ ਮੇਰੇ ਕੋਲ ਛੱਡਣ ਦਾ ਟਾਈਮ ਹੈਲੋ ਹਾਂ ਲਾਡੋ ਕਿਵੇਂ ਭੈਣੇ ਅੱਛਾ ਮੇਰੀ ਗੱਲ ਸੁਣੋ ਤੂੰ ਗੁੱਸੇ ਨਾ ਹੋ ਮੈਂ ਛੱਡ ਕੇ ਜਾਊਂਗਾ ਨਿੱਕੀ ਨੂੰ ਅੱਜ ਤਾਂ ਮੈਨੂੰ ਥੋੜ੍ਹਾ ਜਿਹਾ ਕੰਮ ਹੈ ਖੇਤ ਕੱਲ੍ਹ ਨੂੰ ਛੱਡ ਜਾਊਂਗਾ ਮੈਂ ਕੋਈ ਗੱਲ ਨਹੀਂ ਤੁਸੀਂ ਨਿੱਕੀ ਨੂੰ ਕੱਲ੍ਹ ਨੂੰ ਛੱਡ ਜਿਓ ਠੀਕ ਹੈ ਵੀਰੇ ਮਨਪ੍ਰੀਤ ਆ ਜਿਹੜੀ ਡਾਕਟਰ ਨੇ ਦਵਾਈ ਲਿਖੀ ਸੀ ਉਹ ਮੈਂ ਲੈ ਆ ਤਿੰਨ ਟਾਈਮ ਲੈਣੀ ਆ ਅਤੇ ਧਿਆਨ ਨਾਲ ਲੈ ਲਈ ਠੀਕ ਹੈ ਜੀ ਮੈਂ ਕਿਹਦੇ ਨਾਲ ਲੱਗੀ ਸੀ ਫੋਨ 'ਤੇ ਉਹ ਤਾਂ ਵੀਰੇ ਦਾ ਫੋਨ ਸੀ ਮੈਂ ਤਾਂ ਗੁੱਸੇ ਨਾਲ ਬਹੁਤ ਕੁਛ ਬੋਲ ਪਈ ਅਤੇ ਵੀਰੇ ਨੇ ਆਹ ਗੱਲ ਕਹੀ ਹੈ ਵੀ ਨਿੱਕੀ ਕੱਲ੍ਹ ਨੂੰ ਆ ਰਹੀ ਹੈ ਅੱਜ ਉਹਨਾਂ ਨੂੰ ਮਾੜਾ ਜਿਹਾ ਕੋਈ ਕੰਮ ਸੀ ਤਾਂ ਕਰਕੇ ਕੱਲ੍ਹ ਨੂੰ ਛੱਡ ਦੇਣਗੇ ਓਏ ਤੂੰ ਉਹਨਾਂ ਦਾ ਕਿਉਂ ਕੰਮ ਛਡਾਉਣੀ ਹੈ ਮੈਂ ਜਾ ਕੇ ਲੈ ਆਉਣਾ ਅੱਛਾ ਤੁਹਾਨੂੰ ਕੋਈ ਕੰਮ ਨਹੀਂ ਹੈ ਹਾਂ ਤੂੰ ਤਾਂ ਸੋਚ ਕੀ ਕਰਦੀ ਸੀ ਕੰਮ ਕਾਰ ਨਹੀਂ ਕਰਨਾ ਮੈਂ ਲੈ ਆਉਣਾ ਜਾ ਕੇ ਚੰਗਾ ਬਸ ਮੈਂ ਮਾੜਾ ਤਿਆਰ ਹੋ ਜਾਣਾ ਤਿਆਰ ਤਾਂ ਹੈਗੇ ਹੋ ਤੁਸੀਂ ਫਟਾਫਟ ਜਾ ਕੇ ਲਿਆਓ ਕੋਈ ਨਾ ਲੈ ਆਉਣਾ ਚੰਗਾ ਲੈ ਦੇਖ ਲਾ ਇੰਨਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਏ
ਮੈਨੂੰ ਕਹਿੰਦੇ ਸੀ ਹੁਣੀ ਗਿਆ ਤੇ ਹੁਣੀ ਆਏ। ਆ ਗਈ ਤੇਰੀ ਭੈਣ, ਕਰ ਲੋ ਗੱਲਾਂ ਬਾਤਾਂ। ਕਿਵੇਂ ਨਿੱਕੀ? ਸਤਿ ਸ਼੍ਰੀ ਅਕਾਲ ਦੀਦੀ। ਮੈਂ ਬਿਲਕੁਲ ਠੀਕ ਆ, ਤੁਸੀਂ ਦੱਸੋ ਠੀਕ ਹੋ? ਮੈਂ ਤਾਂ ਠੀਕ ਆ। ਦੇਖ ਲਾ, ਬੁਲਾਉਂਦੇ ਬੁਲਾਉਂਦੇ ਮੈਂ ਕਿੰਨੀ ਵਾਰੀ ਥੱਕ ਗਈ, ਅੱਜ ਆਈ ਹੈ ਮਿਲਣ। ਕੋਈ ਨਹੀਂ ਦੀਦੀ, ਹੁਣ ਆ ਤਾਂ ਗਈ ਨਾ, ਹੁਣ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰਿਓ, ਮੈਂ ਤੁਹਾਡੇ ਕੋਲ ਹੀ ਹਾਂ। ਦੋ ਤਿੰਨ ਦਿਨ? ਦੋ ਤਿੰਨ ਦਿਨ ਆ ਸਿਰਫ? ਉਹ ਦੀਦੀ ਹੁਣ ਹਫ਼ਤਾ ਰਹਿ ਲੂੰਗੀ, ਚੱਲ ਜਿੰਨੇ ਦਿਨ ਤੂੰ ਕਹੇਂਗੀ। ਮਹੀਨਾ ਹੋ ਰਹੀ ਆ, ਤੂੰ ਠੀਕ ਆ ਨਾ? ਕਿਤੇ ਨਹੀਂ ਜਾਣ ਲੱਗੀ, ਸਾਰੀ ਦੇਖਭਾਲ ਤੂੰ ਹੀ ਕਰਨੀ ਆ। ਵੈਸੇ ਤੁਹਾਡੀ ਸਿਹਤ ਤਾਂ ਠੀਕ ਹੈ ਨਾ? ਉਹ ਭਾਬੀ ਕਹਿੰਦੇ ਸੀਗੇ ਵੀ ਥੋੜ੍ਹਾ ਬਿਮਾਰ ਚੱਲ ਰਹੇ। ਬਿਮਾਰ ਨਹੀਂ, ਤੂੰ ਮਾਸੀ ਬਣਨ ਵਾਲੀ ਆ। ਉਹ ਤਾਂ ਮੈਨੂੰ ਪਤਾ, ਪਰ ਫਿਰ ਵੀ ਸਿਹਤ ਤਾਂ ਢਿੱਲੀ ਰਹਿੰਦੀ ਆ। ਹਾਂ, ਹੁਣ ਤੂੰ ਆ ਗਈ, ਮੈਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ। ਚੱਲ ਮੈਂ ਤੇਰੇ ਲਈ ਪਾਣੀ ਲਿਆ। ਨਹੀਂ ਨਹੀਂ ਦੀਦੀ, ਤੁਸੀਂ ਬੈਠੋ, ਮੈਂ ਆਪ ਹੀ ਚੱਕ ਕੇ ਪੀ ਲੂੰਗੀ, ਮੇਰਾ ਹੀ ਤਾਂ ਘਰ ਆਪਣਾ। ਠੀਕ ਆ। ਕਮਲੀ ਜੀ, ਚੱਲ ਇਹਦੇ ਬੈਗ ਅੰਦਰ ਰੱਖ ਤਾ ਮੈਂ। ਰੋਟੀ ਤਾਂ ਬਣ ਗਈ, ਬਸ ਸਬਜ਼ੀ ਗਰਮ ਕਰ ਦੇਣੀ ਆ, ਨਾਲੇ ਦੀਦੀ ਨੂੰ ਵੀ ਪੁੱਛਿਆ ਨਹੀਂ ਆ। ਜੇ ਹੁਣੀ ਖਾਣੀ ਹੋਈ ਫਿਰ ਮੈਂ ਹੁਣੀ ਫੜਾਉਂਗੀ, ਨਹੀਂ ਬਾਅਦ 'ਚ ਦੇਖੂੰਗੀ, ਘਰ ਪੁੱਛਿਆ ਨਹੀਂ ਆ ਪਹਿਲਾਂ। ਦੇਖ ਲਾਟੀ, ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ, ਮੈਨੂੰ ਮੇਰਾ ਕੰਮ ਕਰਨ ਦੇ। ਤੈਨੂੰ ਤੇ ਕੰਮ ਕਰਨ ਨਹੀਂ ਕਹਿੰਦਾ। ਯਾਰ ਮੇਰੀ ਗੱਲ ਤਾਂ ਸੁਣ ਇੱਕ ਵਾਰ। ਤੇਰੀ ਕੀ ਗੱਲ ਸੁਣਾ? ਤੈਨੂੰ ਲੱਗਦਾ ਹੁਣ ਵੀ ਮੈਨੂੰ ਤੇਰੇ ਨਾਲ ਗੱਲ ਕਰਨੀ ਵੀ ਚਾਹੀਦੀ ਹੈ। ਦੇਖ ਨਿੱਕੀ, ਕੁਛ ਗੱਲਾਂ ਨੇ ਜਿਹੜੀਆਂ ਤੂੰ ਹੁਣ ਜਾਣ, ਮੈਂ ਤੇਰਾ ਬਾਹਰ ਵੇਟ ਕਰਦਾ ਕਰਦੀ, ਤੈਨੂੰ ਪਿੱਛੇ ਆ ਕੇ ਮਿਲ। ਨਿੱਕੀ, ਰੋਟੀ ਤਾਂ ਮੈਂ ਲੇਟ ਖਾਊਂਗੀ, ਚਾਹ ਬਣਾ ਦੇ। ਲੈ ਸੁਣਦੀ ਨੀ ਨਿੱਕੀ? ਨੀ ਕੁੜੀਏ, ਕਿੱਥੇ ਗਈ ਇਹ? ਨਿੱਕੀ, ਬਾਰ ਵੀ ਬੰਦ ਪਿਆ, ਉਤਰ ਵੀ ਨਹੀਂ ਹੋਣੀ, ਗਈ ਕਿੱਥੇ ਇਹ? ਬਾੜੇ ਵਾਲਾ ਦਰਵਾਜ਼ਾ ਖੁੱਲ੍ਹਾ, ਉੱਧਰ ਦੇਖਦੀ ਹਾਂ ਜਾ ਕੇ। ਡਾਕਟਰ ਨੇ ਮੈਨੂੰ ਬੈੱਡ ਰੈਸਟ ਕਹੀ ਸੀ, ਮੈਂ ਕਿਹੜਾ ਹਟਦੀ ਹਾਂ। ਲਾਡੀ ਤੂੰ ਹੁਣ ਕਿਉਂ ਇਹ ਬੇਫਜ਼ੂਲ ਦੀ ਗੱਲਾਂ ਕਰ ਰਹੇ ਹਾਂ? ਹੁਣ ਜੋ ਹੋ ਗਿਆ ਮੈਂ ਸਭ ਕੁਛ ਭੁੱਲ ਚੁੱਕੀ ਹਾਂ, ਜੋ ਆਪਣਾ ਰਿਸ਼ਤਾ ਹੈ ਮੈਂ ਬਸ ਉਹੀ ਮੰਨਦੀ ਹਾਂ। ਦੇਖ ਨਿੱਕੀ, ਯਾਰ ਕੁਛ ਗੱਲਾਂ ਨੇ ਜਿਹੜੀਆਂ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ। ਮੈਂ ਜੋ ਕੀਤਾ ਉਹ ਗਲਤ ਸੀ, ਪਰ ਮੈਂ ਕਰਦਾ ਕੀ ਯਾਰ, ਮੈਨੂੰ ਨਹੀਂ ਪਤਾ ਸੀ ਉਹ ਤੇਰੀ ਭੈਣ ਹੈ। ਤੇ ਹੁਣ ਜਦੋਂ ਤੂੰ ਸਿਰਫ ਸਫਾਈਆਂ ਹੀ ਦੇ ਰਿਹਾ ਹੈ, ਜੇ ਤੈਨੂੰ ਪਤਾ ਸੀ ਕਿ ਤੇਰੀ ਜ਼ਿੰਦਗੀ 'ਚ ਕੋਈ ਹੈ ਤਾਂ ਤੈਨੂੰ ਹਾਈ ਨਹੀਂ ਸੀ ਕਰਨੀ ਚਾਹੀਦੀ। ਸਮਝਣ ਦੀ ਕੋਸ਼ਿਸ਼ ਕਰ ਯਾਰ, ਮੈਨੂੰ ਐਂ ਲੱਗਾ ਸੀ ਆਪਣਾ ਵਿਆਹ ਨਹੀਂ ਹੋ ਸਕਦਾ, ਉਸ ਦਿਨ ਵੀ ਮੈਂ ਤੇਰੇ ਬਾਰੇ ਸੋਚ ਰਿਹਾ ਸੀ। ਤੇ ਹੱਥ ਬੰਨਤੀਆਂ ਮੈਂ ਤੇਰੇ ਅੱਗੇ, ਹੁਣ ਤੂੰ ਇਹ ਸਭ ਬੰਦ ਕਰ ਦੇ, ਕਦੋਂ ਤੱਕ? ਯਾਰ ਤੂੰ ਸਮਝਣ ਦੀ ਕੋਸ਼ਿਸ਼ ਕਰ, ਮੈਂ ਇਹ ਗੱਲਾਂ ਨਾ ਨਿੱਕੀ ਮਨਪ੍ਰੀਤ ਤੋਂ ਇਹ ਸਭ ਮੈਂ ਕੀ ਦੇਖ ਰਹੀ ਹਾਂ? ਮੇਰੀ ਭੈਣ ਹੋ ਕੇ ਮੇਰੇ ਹੀ ਘਰ ਉਜਾੜ ਰਹੀ। ਨਿੱਕੀ, ਕੀ ਸੀ ਇਹ ਸਭ ਕੁਛ? ਤੈਨੂੰ ਸ਼ਰਮ ਨਹੀਂ ਆਈ
अपनी भैन दे घर उजाड़न लगी है, की करदी सी तू लाडी नाल? बोल, हुण बोलन नूं रिहा ही की है? मनप्रीत। की मनप्रीत? लाडी तैनूं जमा शर्म नहीं आई हैगी? की करदा सी तू बाड़ी च उधर? ओए कुछ नहीं यार, ओह तां उहने बाहर देखना सी तां करके मैं चला गया। ते बस करिया कर, सफाइयां ना मैनूं ना देओ वी झूठियां। एनी तां मैं अनजान है नहीं कि मैनूं कुछ पता नहीं लगदा, सब पता लगदा मैनूं। की चल रिहा है, किन्ने टाइम तों चल रहे तुहाडे विच घर आ गल्लां बातां? यार मेरी इहदे च कोई गलती नहीं, ठीक है? तेरी गलती तेरी भैण दी है। भैण दी है मतलब? ओह जदों दी इस घर च आई है ते मैनूं यही फोर्स कर रही है कि मेरे नाल गल कर। काफी बार मेरा हाथ फड़न की कोशिश की थी, ते अज भी उही कीता। यार मेरी गल सुन, वो नहीं चाहती सी तेरा विआह मेरे नाल होवे। शायद उन्हें पहला फोटो देख रही सी ते मैं ज्यादा पसंद सी। हाय मैं मर जा, मेरी कोई गलती नहीं। ताही कहा कि मैनूं मिलन क्यों नहीं आउंदी हैगी? क्यों मेरे नाल रूड बिहेव करदी है? अज पता लगा मैनूं की गल है। कोई ना, इहनूं तां मैं दसदी। निक्की चल तो। एक मिनट लाडी, मैं किन्ने टाइम तो नोटिस कर रही हूँ। कर जो जो करना है। निकी बारा की सब है, तेनू शर्म आनी चाहिए है। जेह जी वे जी कोई गल सी तेरे मन च, तू मेरे नाल डिस्कस कर दी? अपनी भैन दे घर उजाड़न लगी सी तू? पहले तो तू कहंदी सी ना भी मेरा दिल नहीं करदा उरे आउण नूं, हुण मैं कहनी हां मेरा दिल नहीं करता तेनू इस घर च रखन नूं। हाथ जोड़ दिया, दफा हो जाए इथों दी। की गल्लां लुकोईयां होणियां मेरे तो? मनप्रीत किन्ना टाइम उहदे करके अपना मूड खराब रखेंगी यार, तैनूं पता है ना तैनूं स्ट्रेस नहीं लेना चाहिंदा। जी मैं की करां? देख मनप्रीत, इन्हां गल्लां चों निकलना तां पैणा ही है, अज नहीं तां कल। पर जे तूं हुण टेंशन लवेंगी ना तां उहदा असर माड़ा ही होगा। जी मैनूं तां इह नहीं समझ आ रही, मेरी सकी भैण हो के उहने एवें क्यों करिया? इक वारी नहीं उहने अपनी भैण बारे सोचिया? तुहानूं पता साडे दोहां च किन्ना प्यार सी, पर मैनूं नहीं पता सी वी उह इहो जिहा कुछ करूगी। कोई गल नहीं यार, जो हो गया उते मिट्टी पा। देख अपने च एक नवा जी आना है, उहदा ध्यान रख। बस हुण मैं ही कह सकदा, कोई गल नहीं जख्म ने भर जाणगे। तूं टेंशन ना लै, कुछ खाणा पीणा? नहीं जी, मेरा कुछ खाण नूं दिल नहीं हैगा। चल कोई गल नहीं, हस के रहि, मैं थोड़ा नहा के आउणा, तेरे वास्ते कुछ चंगी चीज़ खाण नूं लै के आउणा। ठीक है जी। ਕਿਵੇਂ ਨਾ ਸਟ੍ਰੈਸ ਲਵਾਂ, ਆਖਿਰਕਾਰ ਮੇਰੀ ਭੈਣ ਸੀ। ਚੱਲ ਕੋਈ ਨਾ, ਕੋਈ ਨਹੀਂ, ਹੌਲੀ ਹੌਲੀ ਭੁੱਲਣ ਦੀ ਕੋਸ਼ਿਸ਼ ਕਰਦੀ ਹਾਂ। ਨਿੱਕੀ ਦਾ ਮੈਸੇਜ ਲਾਡੀ ਕੋਲ? ਮਰਜਾਂ, ਇਹ ਤਾਂ ਇੱਕ ਦੂਜੇ ਨੂੰ ਇੰਨੇ ਟਾਈਮ ਤੋਂ ਜਾਣਦੇ ਨੇ। ਲਾਡੀ ਨੇ ਮੇਰੇ ਨਾਲ ਝੂਠ ਕਿਉਂ ਬੋਲਿਆ? ਇਹਨਾਂ ਦੀ ਤਾਂ ਕਿੰਨੇ ਟਾਈਮ ਤੋਂ ਗੱਲਬਾਤ ਆ। ਕੋਈ ਨਹੀਂ, ਇਹਨਾਂ ਦੋਨਾਂ ਨੂੰ ਆਹਮੋ ਸਾਹਮਣੇ ਬੁਲਾ ਕੇ ਗੱਲ ਪੁੱਛਦੀ ਹਾਂ। ਗੱਲ ਕੀ ਹੈ ਤੇ ਐਵੇਂ ਕਿਉਂ ਕਰ ਰਹੇ ਨੇ ਮੇਰੇ ਨਾਲ?
बस जी बस यार हुण इत्थे की करांगे मनप्रीत आजो तुसी किनू डीक रही है मैं थोनू किसे नाल मिलाना किदे नाल आजो तुसी आजो निक्की हाँ जी दीदी क्यों बुलाया थे मैंने मैं तो निक्की तेनू तां बुलाया सी तू मेरी सखी भैन है अपने दोहां च इन्ना प्यार है तू मेथों कादे ओले रखी जानी है मैं की ओला रखिया थोड़े तो दीदी चला गला छड तू ऐ दस जिहड़ा तेरे नाल पटियाले मुंडा पढ़दा सी जिन्हें तेरे नाल विआह करवाउणा सी उहदा की बनिया दीदी उहदा तां विआह हो गया शायद विआह हो गया मैनू की पता दीदी ਹੁਣ ਮੈਂ ਕਿਹੜਾ ਉਹਦੀ ਜ਼ਿੰਦਗੀ 'ਚ ਹੈਗੀ ਹਾਂ ਮੈਨੂੰ ਕਿਹੜਾ ਦੱਸਦਾ ਅੱਛਾ ਮੈਨੂੰ ਤਾਂ ਪਤਾ ਲੱਗਿਆ ਉਹਦਾ ਵਿਆਹ ਹੋ ਗਿਆ ਅਤੇ ਆਪਣੇ ਘਰ ਵਿੱਚ ਹੀ ਹੋਇਆ ਕੀ ਮਤਲਬ ਤੁਹਾਡਾ ਦੀਦੀ ਦੇਖ ਨਿੱਕੀ ਮਤਲਬ ਤੈਨੂੰ ਸਾਰੇ ਪਤਾ ਨੇ ਮੈਨੂੰ ਹੋਰ ਗੱਲਾਂ ਦੱਸਣ ਦੀ ਤਾਂ ਲੋੜ ਹੈ ਨਹੀਂ ਕਿੰਨੇ ਟਾਈਮ ਤੋਂ ਤੁਹਾਡੇ 'ਚ ਗੱਲਬਾਤ ਚੱਲ ਰਹੀ ਆ ਦੇਖ ਮਨਪ੍ਰੀਤ ਕੋਈ ਗੱਲਬਾਤ ਨਹੀਂ ਚੱਲਦੀ ਲਾਡੀ ਹਜੇ ਵੀ ਝੂਠ ਬੋਲੀ ਜਾਂਦੀ ਹੈ ਤੁਸੀਂ ਮੇਰੇ ਨਾਲ ਨਿੱਕੀ ਤੂੰ ਤਾਂ ਸੱਚ ਬੋਲ ਸਕਦੀ ਹੈ ਨਾ ਮੈਂ ਨਾ ਤੁਹਾਡੀ ਫੋਨ 'ਚ ਚੈਟ ਪੜ੍ਹ ਲਈ ਸੀ ਨਿੱਕੀ ਅਤੇ ਤੁਹਾਡੀ ਹੁਣ ਵੀ ਝੂਠ ਬੋਲੋਗੇ ਦੀਦੀ ਮੈਂ ਤੁਹਾਨੂੰ ਸਭ ਸੱਚ ਦੱਸਦੀ ਹਾਂ ਮੈਂ ਤਾਂ ਲਾਡੀ ਨੂੰ ਸੱਚੇ ਦਿਲੋਂ ਹੀ ਪਿਆਰ ਕੀਤਾ ਸੀ ਪਰ ਪਤਾ ਨਹੀਂ ਇਹਦੇ ਦਿਲ 'ਚ ਕੀ ਸੀ ਜਿਹੜਾ ਨੇ ਤੁਹਾਡੇ ਨਾਲ ਵਿਆਹ ਕਰਵਾ ਲਿਆ ਦੇਖ ਮਨਪ੍ਰੀਤ ਮੈਨੂੰ ਨਹੀਂ ਪਤਾ ਮੈਂ ਇਹ ਗੱਲ ਕਿਵੇਂ ਦੱਸਾਂ ਪਰ ਮੈਂ ਨਿੱਕੀ ਨੂੰ ਪਿਆਰ ਨਹੀਂ ਸੀ ਕਰਦਾ ਹਾਂ ਮੈਂ ਇਹਦੇ ਨਾਲ ਟਾਈਮ ਪਾਸ ਕਰ ਰਿਹਾ ਸੀ ਅਤੇ ਜਦੋਂ ਇਹਨੇ ਵਿਆਹ ਦੀ ਗੱਲ ਕੀਤੀ ਤਾਂ ਮੈਂ ਪਿੱਛੇ ਹਟ ਗਿਆ ਪਰ ਨਿੱਕੀ ਜਦੋਂ ਸਾਡਾ ਸ਼ਗਨ ਪਿਆ ਤਾਂ ਉਦੋਂ ਕਿਉਂ ਚੁੱਪ ਰਹੀ ਉਦੋਂ ਤਾਂ ਸਭ ਸੱਚ ਸੱਚ ਦੱਸ ਸਕਦੀ ਸੀ ਦੀਦੀ ਮੈਂ ਤੁਹਾਨੂੰ ਕਦੋਂ ਦੱਸਦੀ ਜਦੋਂ ਤੱਕ ਮੈਂ ਆਈ ਸੀ ਉਦੋਂ ਤੱਕ ਤਾਂ ਤੁਹਾਡਾ ਸ਼ਗਨ ਵੀ ਹੋ ਚੁੱਕਿਆ ਸੀ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਦਾ ਦੇਖ ਮਨਪ੍ਰੀਤ ਸਾਰੀ ਗਲਤੀ ਮੇਰੀ ਸੀ ਇਹਨੇ ਜਦੋਂ ਵਿਆਹ ਦੀ ਗੱਲ ਕੀਤੀ ਤਾਂ ਮੈਂ ਪਿੱਛੇ ਹਟ ਗਿਆ ਮੈਂ ਗੱਲ ਕਰਨੀ ਬੰਦ ਕਰਤੀ ਅਤੇ ਜਦੋਂ ਤੇਰੀ ਫੋਟੋ ਆਈ ਤਾਂ ਮੈਨੂੰ ਪਸੰਦ ਆ ਗਈ ਲਾਡੀ ਮੈਂ ਇਹਦੇ ਨਾਲ ਕੁਛ ਕਰ ਗਲਤ ਨਹੀਂ ਸੀ ਕਰਨਾ ਚਾਹੁੰਦਾ ਯਾਰ ਬਸ ਮੈਨੂੰ ਇਹਨੂੰ ਸਮਝਾਉਣਾ ਚਾਹੁੰਦਾ ਸੀ ਮੈਨੂੰ ਦੁਖੀ ਨਹੀਂ ਸੀ ਦੇਖ ਸਕਦਾ ਸ਼ਾਇਦ ਸ਼ਾਇਦ ਇਹਨੂੰ ਛੱਡਣ ਤੋਂ ਬਾਅਦ ਮੈਨੂੰ ਮੇਰੇ ਪਿਆਰ ਦਾ ਅਹਿਸਾਸ ਹੋਇਆ ਅਤੇ ਮੈਂ ਸਿਰਫ ਸਿਰਫ ਅਤੇ ਸਿਰਫ ਇਹਨੂੰ ਬਸ ਲਾਡੀ ਇਹ ਸਾਰੀ ਉਹ ਗਲਤੀ ਉਹ ਤੁਹਾਡੀ ਆ ਜੇ ਤੁਸੀਂ ਇਹਨਾਂ ਨਾਲ ਪਿਆਰ ਕੀਤਾ ਸੀ ਤਾਂ ਪੂਰੀ ਜ਼ਿੰਦਗੀ ਨਿਭਾਉਣਾ ਵੀ ਸੀ ਇਹ ਨਹੀਂ ਹੈਗਾ ਜੇ ਗਰਲਫ੍ਰੈਂਡ ਬਣਾ ਲਈ ਤਾਂ ਬਸ ਟਾਈਮ ਪਾਸ ਲਈ ਰੱਖੋ ਸਿਰਫ ਅਤੇ ਨਿੱਕੀ ਮੈਨੂੰ ਮਾਫ਼ ਕਰ ਦੇ ਤੂੰ ਤਾਂ ਮੇਰੇ ਕਰਕੇ ਆਪਣੀ ਖੁਸ਼ੀਆਂ ਕੁਰਬਾਨ ਕਰਤੀਆਂ ਇੰਨਾ ਦੁਖੀ ਹੋਈ ਤੂੰ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਬਹੁਤ ਕੁਛ ਬੋਲੀ ਨਹੀਂ ਦੀਦੀ ਇਹਦੇ 'ਚ ਤੁਹਾਡੀ ਕੀ ਗਲਤੀ ਹੈ ਇਹ ਸਭ ਤਾਂ ਸਭ ਕੁਝ ਅਣਜਾਣੇ 'ਚ ਹੋ ਗਿਆ ਬਸ ਹੋ ਸਕਿਆ ਤਾਂ ਮੈਨੂੰ ਵੀ ਮਾਫ਼ ਕਰਦੀ ਨਿੱਕੀ ਮੈਂ ਮਾਫ਼ੀ ਦੇ ਕਾਬਲ ਤਾਂ ਨਹੀਂ ਫਿਰ ਵੀ ਜੇ ਤੂੰ ਮਾਫ਼ ਕਰ ਦੇ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਸੌਖੀ ਕੱਟ ਲੂੰ ਮੇਰੇ ਵੱਲੋਂ ਤਾਂ ਮਾਫ਼ੀ ਹੈ ਲਾਡੀ ਹੁਣ ਤੋਂ ਜੋ ਦਿਲ ਕਰਦਾ ਉਹ ਕਰ ਹੁਣ ਤੁਹਾਨੂੰ ਮੈਂ ਕੀ ਕਹਾਂ ਲਾਡੀ ਤੂੰ ਜਮਾਂ ਨਹੀਂ ਸੋਚਿਆ ਉੱਤੋਂ ਤੂੰ ਝੂਠ ਬੋਲਤਾ ਕਿ ਨਿੱਕੀ ਗਲਤ ਆ ਮੈਂ ਇਹਨੂੰ ਪਤਾ ਨਹੀਂ ਕੀ ਕੁਛ ਸੁਣਾਇਆ ਸਾਡੀ ਦੋਨਾਂ ਭੈਣਾਂ ਦਾ ਪਿਆਰ ਇੱਕ ਮਿੰਟ 'ਚ ਤੋੜਤਾ ਤੂੰ ਪਰ ਨਿੱਕੀ ਤੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਅਤੇ ਆਪਣਾ ਜਿਹੜਾ ਪਿਆਰ ਹੈ ਐਵੇਂ ਹੀ ਰਹੂਗਾ ਅਤੇ ਜਿਹੜਾ ਲਾਡੀ ਨਾਲ ਤੇਰਾ ਜੀਜੇ ਵਾਲਾ ਰਿਸ਼ਤਾ ਹੈ ਐਵੇਂ ਬਰਕਰਾਰ ਰਹੂਗਾ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਹਰ ਮੁਸੀਬਤ 'ਚ ਨਾਲ ਖੜੀ ਹਾਂ ਚਲੋ ਠੀਕ ਆ ਦੀਦੀ ਮੈਂ ਵੀ ਤੁਹਾਡੇ ਨਾਲ ਉਵੇਂ ਹੀ ਪਿਆਰ ਰੱਖੂੰਗੀ ਜਿਵੇਂ ਆਪਣਾ ਪਹਿਲਾਂ ਸੀ ਮੈਂ ਚੱਲਦੀ ਹਾਂ ਕਾਫੀ ਲੇਟ ਹੋ ਰਿਹਾ ਹਾਂ ਦੀਦੀ ਤੁਸੀਂ ਠੀਕ ਆ ਮੈਨੂੰ ਮਾਫ਼ ਕਰ ਦੀ ਕੋਈ ਨਾ ਕੋਈ ਨਾ ਲਾਡੀ ਗਲਤੀਆਂ ਹਰੇਕ ਤੋਂ ਹੁੰਦੀਆਂ ਨੇ ਜੇ ਉਸ ਟਾਈਮ ਮੈਂ ਅਹਿਸਾਸ ਹੋ ਜਾਂਦਾ ਤਾਂ ਬਹੁਤ ਵਧੀਆ ਗੱਲ ਸੀ ਕੋਈ ਨਾ ਮੈਂ ਤੁਹਾਨੂੰ ਮਾਫ਼ ਕਰਤਾ ਅੱਜ ਚੱਲੀਏ